ਕਨ ਹਰ ਬੂੰਦ ਬਸੁਰ ਮਾਵਲ ਕੁਸਮ ਬਸੰਤ ਕਨਤ ਨਾ ਆਵੈ ਰਾਵਸਸ ਕਿਰਨ ਉਦਰ ਸਾਗਰ ਕੋ ਰੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨੈ ਜੋ ਗਾਵੈ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਨ ਆਵੈ ਦੋਹਰਾ ਸੁਨ ਸਿੱਖਣ ਕੇ ਬਚਨ ਕੋ ਸੰਸੈ ਸੁਨਿਓ ਬਿਸਾਲ ਕਿਰਪਾ ਦ੍ਰਿਸ਼ ਤੇ ਦੇਖ ਕਰ ਬੋਲੇ ਗੁਰੂ ਕਿਰਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਸੁਨ ਸਿੱਖਣ ਕੇ ਬਚਨ ਕੋ ਸੰਸੈ ਸੁਨਿਓ ਬਿਸਾਲ ਗੁਰ ਪ੍ਰਤਾਪ ਸੂਰਜ ਗ੍ਰੰਥ ਰਾਸ ਪਹਿਲੀ ਧਿਆਏ 57 ਚੈਪਟਰ 57 ਗੁਰੂ ਅਮਰਦਾਸ ਸੱਚੇ ਪਾਤਸ਼ਾਹ ਹੁਣ ਗੋਬਿੰਦਵਾਲ ਸਾਹਿਬ ਦੇ ਵਿੱਚ ਬੌਲੀ ਸਾਹਿਬ ਦੀ ਸੇਵਾ ਕਰ ਰਹੇ ਹਨ ਅਤੇ ਸਿੱਖਾਂ ਨੇ ਆ ਕੇ ਪ੍ਰਸ਼ਨ ਕੀਤਾ ਕੁਐਸਚਨ ਕੀਤਾ ਕਿ ਮਹਾਰਾਜ ਤੁਹਾਡੇ ਦੋ ਜਵਾਈ ਸਾਹਿਬ ਨੇ ਇੱਕ ਬੀਬੀ ਦਾਨੀ ਜੀ ਦੇ ਪਤੀ ਭਾਈ ਰਾਮਾ ਜੀ ਅਤੇ ਬੀਬੀ ਭਾਨੀ ਜੀ ਦੇ ਪਤੀ ਜਿਹੜੇ ਹਨ ਗੁਰੂ ਰਾਮਦਾਸ ਜੀ ਕਹਿੰਦੇ ਵੀ ਇਹਨਾਂ ਦੋਨਾਂ ਵਿੱਚੋਂ ਤੁਸੀਂ ਗੁਰਦਾ ਗੱਦੀ ਵੀ ਅੱਗੇ ਜਿਹੜੇ ਗੁਰੂ ਹਨ ਕੌਣ ਹੋਣਗੇ ਜਾਂ ਚੌਥ ਗੁਰੂ ਕੌਣ ਹੋਣਗੇ ਕਿਉਂਕਿ ਗੁਰੂ ਅਮਰਦਾਸ ਜੀ ਤਤ ਗੁਰੂ ਸੋ ਹੁਣ ਕਹਿੰਦੇ ਇਹਨਾਂ ਦੋਨਾਂ ਵਿੱਚੋਂ ਤੁਸੀਂ ਕਿਹਦੇ 'ਤੇ ਜ਼ਿਆਦਾ ਖੁਸ਼ ਹੋ ਹੂ ਵਿਲ ਬਿਕਮ ਦ ਫੋਰਥ ਗੁਰੂ ਸੋ ਇਸ ਕਰਕੇ ਜਿਹੜਾ ਇਹ ਜਿਹੜਾ ਅਧਿਆਇ ਤੁਸੀਂ ਪਿਛਲੇ ਹਫ਼ਤੇ ਸੁਣਿਆ ਸੀਗਾ ਸਿੱਖਾਂ ਨੇ ਕੁਐਸਚਨ ਕੀਤਾ ਗੁਰੂ ਅਮਰਦਾਸ ਜੀ ਨੂੰ ਸੋ ਉੱਥੋਂ ਹੁਣ ਇਹ ਅੱਗੇ ਜਿਹੜਾ ਹੈ ਇਹ ਪ੍ਰਸੰਗ ਹੁਣ ਅੱਗੇ ਚੱਲਦਾ ਹੈ ਉੱਥੋਂ ਕੰਟੀਨਿਊ ਹੁੰਦਾ ਹੈ ਸੁਣ ਸਿੱਖਣ ਕੇ ਬਚਨ ਕੋ ਸੰਸੈ ਸੁਣਿਓ ਬਸਾ ਜਦੋਂ ਸਿੱਖਾਂ ਦਾ ਇਹ ਕੁਐਸਚਨ ਸੁਣਿਆ ਤਾਂ ਗੁਰੂ ਅਮਰਦਾਸ ਮਹਾਰਾਜ ਨੇ ਉਹਨਾਂ ਦਾ ਸੰਸਾ ਉਹਨਾਂ ਦਾ ਡਾਊਟ ਦੂਰ ਕਰਨ ਵਾਸਤੇ ਕਿਰਪਾ ਦ੍ਰਿਸ਼ ਤੇ ਦੇਖ ਕਰ ਬੋਲੇ ਗੁਰੂ ਕਿਰਪਾ ਮਹਾਰਾਜ ਨੇ ਕਿਰਪਾ ਦੇ ਦ੍ਰਿਸ਼ਟੀ ਕਰਕੇ ਦੇਖਿਆ ਗੁਰੂ ਅਮਰਦਾਸ ਜੀ ਨੇ ਤੇ ਮਹਾਰਾਜ ਕਿਰਪਾ ਦੇ ਘਰ ਹਨ ਮਹਾਰਾਜ ਜਿਹੜੇ ਹਨ ਵਰਚੂਸ ਹਾਊਸ ਆਫ ਵਰਚੂਸ ਹਨ ਹਾਊਸ ਆਫ ਬਲੈਸਿੰਗਸ ਹਨ ਸਤਿਗੁਰ ਸੱਚੇ ਪਾਤਸ਼ਾਹ ਨੇ ਸਿੱਖਾਂ ਦੇ ਡਾਊਟ ਨੂੰ ਦੂਰ ਕਰਨ ਵਾਸਤੇ ਮਹਾਰਾਜ ਨੇ ਇਹ ਅੰਸਰ ਦਿੱਤਾ ਇਹ ਉੱਤਰ ਦਿੱਤਾ ਹੁਣ ਚਾਪਈ ਜਗ ਕੇ ਬਿਖੈ ਏਕ ਨਰ ਨੇਮੀ ਦੇਖੋ ਗੁਰੂ ਅਮਰਦਾਸ ਜੀ ਕਹਿੰਦੇ ਮਹਾਰਾਜ ਦੇ ਬਚਨ ਨੇ ਇਹ ਕਹਿੰਦੇ ਜਗ ਦੇ ਵਿੱਚ ਸੰਸਾਰ ਵਿੱਚ ਦੋ ਤਰ੍ਹਾਂ ਦੇ ਬੰਦੇ ਹੁੰਦੇ ਨੇ ਅਤੇ ਦੋ ਤਰ੍ਹਾਂ ਦੇ ਬੰਦੇ ਜਿਹੜੇ ਹੁੰਦੇ ਹਨ ਇੱਕ ਤਾਂ ਉਹ ਜਿਹੜੇ ਨੇਮੀ ਹੁੰਦੇ ਨੇ ਨੇਮੀ ਮੀਨਸ ਦ ਪਰਸਨ ਹੂ ਫੋਲੋਜ਼ ਅ ਰੂਟੀਨ ਜਿਹੜਾ ਰੂਟੀਨ ਨੂੰ ਫੋਲੋ ਕਰਦਾ ਉਹਨੂੰ ਨੇਮੀ ਕਹਿੰਦੇ ਹਨ ਸੋ ਦੈਟ ਇਹ ਜਿਹੜੇ ਬੰਦੇ ਹੁੰਦੇ ਨੇ ਇਹ ਸਿਰਫ ਰੂਟੀਨ ਨੂੰ ਫੋਲੋ ਕਰਦੇ ਨੇ ਜਿਵੇਂ ਆਪਾਂ ਕਹਿ ਦਈਏ ਜੀ ਮਹਾਰਾਜ ਨੇ ਕਿਹਾ ਜੀ ਪੰਜ ਬਾਣੀਆਂ ਪੜ੍ਹਨੀਆਂ ਸਵੇਰੇ ਉਹਨਾਂ ਨੇ ਪੰਜ ਬਾਣੀਆਂ ਹੀ ਪੜ੍ਹਨੀਆਂ ਨੇਮੀ ਦੇ ਮੀਨ ਦੇ ਵਿਲ ਡੂ ਇਟ ਬਟ ਦੇ ਆਰ ਡੂਇੰਗ ਇਟ ਲਾਈਕ ਯੂ ਨੋ ਰੂਟੀਨ ਹੈ ਯੂ ਹੈਵ ਟੂ ਡੂ ਇਟ ਵੀ ਹੈਵ ਟੂ ਡੂ ਇਟ ਵੀ ਨੀਡ ਟੂ ਡੂ ਇਟ ਦੈਟਸ ਇਟ ਸੋ ਉਹਨੂੰ ਨੇਮ ਕਹਿੰਦੇ ਆ ਯੂ ਫੋਲੋ ਅ ਸਰਟਨ ਡਿਸਿਪਲਿਨ ਕੰਸਿਸਟੈਂਟਲੀ ਉਹ ਨੇਮੀ ਹਨ ਨੇਮ ਨਿਭਾਹਤ ਜਾਇਤ ਛੇਮੀ ਦੇਖੋ ਉਹ ਨੇਮ ਨੂੰ ਨਿਭਾ ਕੇ ਉਹ ਸੋਚਦੇ ਹਨ ਕਿ ਸਾਨੂੰ ਮੁਕਤੀ ਮਿਲ ਜਾਏਗੀ I am following the rules, you know, exactly, now I should be liberated. So they always do it to get something out of it. So they follow the routine very strictly. So kehnde eh vi tarah de bande, ek tarah de bande eh je hunde han. Ek premi nar nem bahi na. Okay, ek hunde ne premi. Now that was nemi, now we are talking about premi. Premi jede hunde ne, kehnde oh kaise hunde ne? Kehnde premi oh hunde ne, jede nem to bagair, without routine. They don't bother about the routine, they do it with love. They do it every time, they do it consistently as well, but they are doing it with love. ਪਰ ਪ੍ਰੇਮ ਨਾਲ ਉਹ ਕਰਦੇ ਨੇ ਜਿਵੇਂ ਨਿਤਨੇ ਵੀ ਕਰਨਾ ਉਹ ਇਹ ਨਹੀਂ ਕਹਿੰਦੇ ਵੀ ਮੈਂ ਇਹ ਕਰਕੇ ਇੰਨਾ ਕੀ ਕਰਨਾ ਹੈ ਨਹੀਂ ਜੀ ਕੀਤਾ ਸੁਖਨੇ ਸਾਹਿਬ ਵੀ ਕਰ ਲਿਆ ਹੋਰ ਕਰ ਲਿਆ ਆਸਾ ਦੀ ਵਾਰ ਕਰ ਲਈ ਹੋਰ ਕਰ ਲਏ ਦੇ ਗੋ ਭੱਜਦਾ ਨਾ ਪ੍ਰੇਮ ਨਾਲ ਕਰਦੇ ਨੇ ਉਹ ਸਿਰਫ ਰੂਟੀਨ ਨਾਲ ਬੱਝੇ ਨਹੀਂ ਹੁੰਦੇ
ਜਿਵੇਂ ਸੇਵਾ ਕਰਨੀ ਆ ਉਹ ਹੀ ਨਹੀਂ ਕਹਿੰਦੇ ਮੈਂ ਘੰਟਾ ਮੇਰੀ ਸੇਵਾ ਹੋ ਗਈ ਮੈਂ ਹਟ ਜਾਣਾ ਨੋ ਦੇ ਤਿੰਨ ਘੰਟੇ ਸੇਵਾ ਦੇ ਵਿਲ ਡੂ ਇਟ ਦੇ ਆਰ ਓਪਨ ਦੇ ਆਰ ਡੂਇੰਗ ਇਟ ਲਵ ਦੇ ਆਰ ਇੰਜੋਇੰਗ ਡੂਇੰਗ ਇਟ ਫਿਰ ਰਹਿਣ ਦਿਵਸ ਏਕਾ ਲਿਵ ਲੀਨਾ ਦੇਖੋ ਰਹਿਣ ਦਿਵਸ ਰਾਤ ਦਿਨ ਉਹਨਾਂ ਦੀ ਲਿਵ ਉਹਨਾਂ ਦਾ ਕੰਸੈਂਟਰੇਸ਼ਨ ਜੁੜਿਆ ਰਹਿੰਦਾ ਸਤਿਗੁਰਾਂ ਦੇ ਚਰਨਾਂ ਨਾਲ ਇਹਨਾਂ ਨੂੰ ਪ੍ਰੇਮੀ ਕਹਿੰਦੇ ਹਾਂ ਜਿਵੇਂ ਕਈ ਹੁੰਦੇ ਨਾ ਇੱਥੇ ਹਿਸਾਬ ਲਾਈਏ ਕਈ ਹਸਬੈਂਡਸ ਨੇਮੀ ਹਸਬੈਂਡ ਹੁੰਦੇ ਨੇ ਉਹਨਾਂ ਨੇ ਉਨਾ ਕੇ ਕੰਮ ਕਰਨਾ ਜਿੰਨਾ ਹਸਬੈਂਡ ਨੂੰ ਕਰਨਾ ਚਾਹੀਦਾ ਨਾ ਸੋ ਉਨਾ ਕੇ ਕਰਨਗੇ ਕਈ ਵਾਈਫ ਵੀ ਹਨ ਨੇਮੀ ਵੀ ਮੈਂ ਇੰਨਾ ਕੁ ਕਰਨਾ ਹੈ ਉਹ ਕਹਿੰਦੀ ਜੀ ਮੈਂ 8 ਵਜੇ ਰੋਟੀਆਂ ਪਕਾ ਦੇਣੀਆਂ ਜੇ ਤੁਸੀਂ ਖਾਣੀਆਂ ਖਾ ਲਿਓ ਨਹੀਂ ਖਾਣੀਆਂ ਤੁਹਾਡੀ ਮਰਜ਼ੀ ਆ ਇਹਨੂੰ ਡੱਬੇ 'ਚ ਪਈਆਂ ਹੋਣਗੀਆਂ ਠੰਡੀਆਂ ਹੋ ਗਈਆਂ ਖੁਸ਼ ਹੋ ਗਈਆਂ ਤੁਸੀਂ ਖਾ ਲਿਓ ਨਹੀਂ ਖਾਣੀਆਂ ਨਾ ਖਾਇਓ ਹੈ ਨਾ ਉਹ ਨੇਮੀ ਹੈ ਜਿਹੜੀ ਪ੍ਰੇਮੀ ਆ ਉਹ ਕਹੇਗੀ ਤੁਹਾਨੂੰ ਵੀ ਹੁਣ ਜੇ ਰੋਟੀ ਤੂੰ ਜਦੋਂ ਖਾਣੀ ਹੁਣ ਦੱਸ ਦਿਓ ਮੈਂ ਉਦੋਂ ਪਕਾ ਕੇ ਦੇਵਾਂਗੀ ਮੈਂ ਗਰਮ ਗਰਮ ਪਕਾ ਕੇ ਦੇਵਾਂਗੀ ਹਨੇ ਸੋ ਉਹ ਪ੍ਰੇਮੀ ਹੈ ਉਹਨੂੰ ਪ੍ਰੇਮ ਆ ਉਹਨੂੰ ਖੁਸ਼ੀ ਆ ਕਰਨ ਵਿੱਚ ਹੈ ਨਾ ਸੋ ਹਸਬੈਂਡ ਦਾ ਵੀ ਇਹੀ ਹਾਲ ਆ ਨਾ ਕਰਾਂਗੇ ਨਾ ਹਸਬੈਂਡ ਕਹੇ ਜੇ ਮੈਂ ਜੀ ਹੁਣ ਮੁੜਿਆ ਜਾਂ ਆਮ ਨਾ ਗੰਡੂ ਦੇ ਸਮੇਂ ਗੰਡੂ ਦੇ ਜੇ ਹਸਬੈਂਡ ਪ੍ਰੇਮੀ ਆ ਕਹੂਗਾ ਚਲੋ ਆਪਾਂ ਇਹ ਵੀ ਕੰਮ ਕਰ ਲੈਂਦੇ ਹਾਂ ਆਪਾਂ ਇਹ ਕਰਦੇ ਹਾਂ ਓਪਨ ਸੋ ਦੈਟਸ ਦ ਡਿਫਰੈਂਸ ਬਿਟਵੀਨ ਨੇਮੀ ਐਂਡ ਪ੍ਰੇਮੀ ਓਕੇ ਦੋ ਬੋਥ ਵੇਸ ਹਾਂਜੀ ਪ੍ਰੇਮ ਪ੍ਰਵਾਹ ਵਧਾ ਨਿਤ ਜਿਨ ਕੇ ਆ ਕਹਿੰਦੇ ਜਿਨ੍ਹਾਂ ਦੇ ਅੰਦਰੋਂ ਪ੍ਰੇਮ ਦਾ ਪ੍ਰਵਾਹ ਵੱਧ ਜਾਂਦਾ ਨਾ ਜਿਨ੍ਹਾਂ ਦੇ ਅੰਦਰ ਪ੍ਰੇਮ ਆ ਜਾਂਦਾ ਹੈ ਲਿਵਿੰਗ ਆਲ ਦ ਰੂਲਸ ਐਂਡ ਰੈਗੂਲੇਸ਼ਨ ਅਸਾਈਡ ਦ ਲਵ ਟੇਕਸ ਓਵਰ ਐਵਰੀਥਿੰਗ ਸੋ ਉਹਨਾਂ ਦੇ ਵਿੱਚ ਜੋ ਪ੍ਰੇਮ ਬਹੁਤਾ ਜ਼ਿਆਦਾ ਆ ਜਾਂਦਾ ਹੈ ਵਸੀ ਹੋਤ ਪੁਰਖੋਤਮ ਤਿਨ ਕੇ ਦੇਖੋ ਉਹਨਾਂ ਦੇ ਵਸ ਵਿੱਚ ਵੀ ਪਰਮਾਤਮਾ ਆ ਜਾਂਦਾ ਹੈ ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇ ਨਾ ਉਹਨਾਂ ਦੇ ਵਸ ਵਿੱਚ ਵੀ ਗੁਰੂ ਵੀ ਆ ਜਾਂਦਾ ਹੈ ਪਰਮਾਤਮਾ ਵੀ ਆ ਜਾਂਦਾ ਹੈ ਜੇ ਉਹ ਨਹੀਂ ਉਹ ਪ੍ਰੇਮ ਵਿੱਚ ਚਲੇ ਗਏ ਨਾ ਜੇ ਇਫ ਯੂ ਫੋਲੋ ਦ ਰੂਲਸ ਦੈਨ ਦ ਗੋਡ ਆਲਸੋ ਹੈਵ ਟੂ ਫੋਲੋ ਰੂਲਸ ਵਿਦ ਯੂ ਰਾਈਟ ਬਿਕੋਜ਼ ਯੂ ਹੈਵ ਸੈਟ ਅ ਰੂਲ ਸੱਚ ਸੱਚ ਵੇ ਮੈਂ ਇਹ ਕਰਨਾ ਇਹ ਨਹੀਂ ਕਰਨਾ ਇਹ ਕਰਨਾ ਇਹ ਕਰਨਾ ਵੀ ਜੇ ਰੱਬ ਨੂੰ ਸੱਦਣਾ ਵੀ ਨੋ 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 ਦਿਸ ਇਜ਼ ਨੋਟ ਅ ਟਾਈਮ ਯੂ ਨੋ ਆਈ ਮੀਨ ਵੀ ਹੈਵ ਟੂ ਕਾਲ ਗੋਡ ਵੀ ਗੋਡ ਇਨ ਦ ਮਾਰਨਿੰਗ ਯੂ ਨੋ ਵੀ ਕੈਨੋ ਬੀ ਕਾਲਡ ਇਨ ਦ ਆਫਟਰਨੂਨ ਯੂ ਨੋ ਯੂ ਨੋ ਉਹ ਉਹ ਹੀ ਨੇਮ ਬਣ ਜਾਂਦਾ ਫਿਰ ਆਪਣਾ ਜੇ ਕਹੀਏ ਤੂੰ ਜਪਜੀ ਸਾਹਿਬ ਕਰ ਉਹ ਜਪਾ ਇਨ ਦ ਮਾਰਨਿੰਗ ਯੂ ਨੋ ਆਫਟਰਨੂਨ ਕੈਨੋ ਟੂ ਯੂ ਨੋ ਸੋ ਉਹ ਸਾਰਾ ਨੇਮ ਹੈ ਹਨਾ ਸੋ ਪ੍ਰੇਮੀ ਵਾਸਤੇ ਹਰ ਵੇਲੇ ਉਹੀ ਹੈ ਕਹਿੰਦੇ ਉਹਨਾਂ ਦੇ ਵਸ ਵਿੱਚ ਗੁਰੂ ਤੇ ਪਰਮਾਤਮਾ ਆ ਜਾਂਦਾ ਹੈ ਕਿਉਂਕਿ ਫਿਰ ਪਰਮਾਤਮਾ ਵੀ ਉਹਨਾਂ ਵਾਸਤੇ ਰੂਲ ਨਹੀਂ ਫੋਲੋ ਕਰਦਾ ਨਾ ਉਹਨਾਂ ਦਾ ਪ੍ਰੇਮ ਦੇਖਦਾ ਹੈ ਹੀ ਲੁਕਸ ਐਟ ਦ ਲਵ ਹੁਣ ਜਿਵੇਂ ਤੁਸੀਂ ਬੱਚੇ ਨੂੰ ਕਹੋ ਇਹ ਤੂੰ ਜਾ ਕੇ ਪੜ੍ਹ ਲਾ ਦ ਚਾਈਲਡ ਵਿਲ ਸ਼ੋ ਯੂ ਦ ਗਲੋਰੀ ਆਹ ਟਾਈਮ ਆ ਕੋਈ ਪੜ੍ਹਾਈ ਦਾ ਹਨਾ ਇਹ ਤਾਂ ਫੁੱਟਬਾਲ ਖੇਡਣ ਦਾ ਟਾਈਮ ਆ ਇਹ ਆ ਤੁਸੀਂ ਮੈਨੂੰ ਕਹਿੰਦੇ ਅੱਗੇ ਪੜ੍ਹ ਲਾ ਯੂ ਨੋ ਕੈਨ ਨੋਟ ਬੀ ਰਾਈਟ ਆਪਾਂ ਇਹ ਰੂਲ ਆਪਾਂ ਫੋਲੋ ਕਰਦੇ ਹਾਂ ਸੋ ਦੈਟਸ ਦ ਥਿੰਗ ਜਿਹੜਾ ਬੱਚਾ ਕਹੇ ਹਾਂਜੀ ਚੰਗਾ ਜੀ ਤੁਸੀਂ ਪੜ੍ਹ ਲੈ ਮੈਂ ਪੜ੍ਹ ਲੈਂਦਾ ਸੋ ਯੂ ਲਾਈਕ ਦੈਟ ਚਾਈਲਡ ਰਾਈਟ ਹੂ ਡਜ਼ਨਟ ਫੋਲੋ ਦ ਰੂਲਸ ਬਟ ਹੀ ਫੋਲੋਸ ਵਾਟ ਯੂ ਸੇ ਸੋ ਉਹ ਪ੍ਰੇਮ ਹੈ ਸੋ ਕਹਿੰਦੇ ਜੇ ਪ੍ਰੇਮੀ ਪਰ ਹੋ ਜਾਵੇ ਫਿਰ ਪਰਮਾਤਮਾ ਵੀ ਉਹਨਾਂ ਨਾਲ ਪ੍ਰੇਮ ਕਰਦਾ ਹੈ ਬਿਨਾਂ ਪ੍ਰੇਮ ਸਿਮਰਨ ਅਰ ਸੇਵਾ ਓਕੇ ਦੇਖੋ ਕਹਿੰਦੇ ਤਿੰਨ ਚੀਜ਼ਾਂ ਨੇ ਇੱਕ ਪ੍ਰੇਮ ਹੈ ਇੱਕ ਸਿਮਰਨ ਹੈ ਇੱਕ ਸੇਵਾ ਹੈ ਇਹ ਤਿੰਨ ਚੀਜ਼ਾਂ ਚਾਹੀਦੀਆਂ ਨੇ ਇਫ ਯੂ ਹੈਵ ਦਿਸ ਥ੍ਰੀ ਯੂ ਨੋ ਫਸਟ ਇਜ਼ ਪ੍ਰੇਮ ਸਿਮਰਨ ਐਂਡ ਸੇਵਾ ਦੇ ਇਹ ਤਿੰਨ ਤੁਹਾਡੇ ਕੋਲ ਆ ਗਈਆਂ ਫਲ ਕੁਝ ਥੋੜੋ ਹੋਏ ਲੱਖ ਜੀਵਾ ਦੇਖੋ ਕਹਿੰਦੇ ਇਹਦਾ ਫਲ ਥੋੜਾ ਨਹੀਂ ਲੱਖਾਂ ਵਿੱਚ ਤੁਹਾਨੂੰ ਮਿਲੇਗਾ ਅਨ ਜਿਹੜਾ ਐਗਜ਼ੌਸਟ ਕਿਤੇ ਨਹੀਂ ਹੋਏਗਾ ਕਿਤੇ ਮੁੱਕੇਗਾ ਨਹੀਂ ਤੁਹਾਨੂੰ ਇੰਨਾ ਫਲ ਮਿਲੇਗਾ ਇਨ ਦੋਨੋਂ ਮੈਂ ਪਰਖ ਹੋ ਪ੍ਰੇਮ ਹੁਣ ਦੇਖੋ ਮਹਾਰਾਜ ਨੂੰ ਸਵਾਲ ਕੀਤਾ ਸੀ ਭਾਈ ਰਾਮਾ ਜੀ ਔਰ ਗੁਰੂ ਰਾਮਦਾਸ ਹੂ ਇਜ਼ ਗੋਇੰਗ ਟੂ ਸਿਟ ਔਨ ਦ ਥਰੋਨ ਐਸ ਅ ਫੋਰਥ ਗੁਰੂ ਕਹਿੰਦੇ ਵੀ ਚੌਥਾ ਗੁਰੂ ਕੌਣ ਬਣੇਗਾ ਸੋ ਇਹ ਸਵਾਲ ਕੀਤਾ ਮਹਾਰਾਜ ਕਹਿੰਦੇ ਇਹਦਾ ਜਵਾਬ ਤੁਹਾਨੂੰ ਦਿੰਦੇ ਹਾਂ ਪਰ ਕਿਵੇਂ ਦੇਵਾਂਗੇ ਵੀ ਆਪ ਟੂ ਟੈਸਟ ਬੋਧ ਦੇਖਣਾ ਹੈ ਭਾਈ ਰਾਮਾ ਅਤੇ ਗੁਰੂ ਰਾਮਦਾਸ ਵਿੱਚ ਕੌਣ ਨੇਮੀ ਹੈ ਕੌਣ ਪ੍ਰੇਮੀ ਹੈ ਸੋ ਇਹਦਾ ਹੁਣ ਇਹ ਟੈਸਟ ਲੈਣਾ ਹੈ ਪਰ ਤਮ ਜਿਨ ਤਿਮ ਲਹਿ ਛੇ ਹਾਂ ਦੇਖੋ ਕਹਿੰਦੇ ਐਸਾ ਹੈ ਕਹਿੰਦੇ ਵੀ ਜਿਹੜਾ ਕੋਈ ਜਿਹੜਾ ਹੈ ਹੁਣ ਦੇਖੋ ਸ਼ੇਮ ਜਿਹੜੇ ਜਿਹੜਾ ਕੋਈ ਮੁਕਤੀ ਨੂੰ ਚਾਹੁੰਦਾ ਹੈ ਜੇ ਕੋਈ ਮੁਕਤੀ ਨੂੰ ਚਾਹੁੰਦਾ ਹੈ ਨਾ ਤਾਂ ਕਹਿੰਦੇ ਵੱਧ ਤੇ ਘੱਟ ਹੁਣ ਇਹਨਾਂ 'ਚੋਂ ਦੋਵਾਂ 'ਚੋਂ ਦੇਖਣਾ ਕੌਣ ਵੱਧ ਆ ਅਤੇ ਕੌਣ ਘੱਟ ਹੈ ਪ੍ਰਭ ਬਸ ਹੋਤ ਪ੍ਰੇਮ ਲੱਖ ਘਨੋ ਦੇਖੋ ਪ੍ਰਭੂ ਤਾਂ ਵੱਸ ਹੁੰਦਾ ਹੈ ਪ੍ਰੇਮ ਕਰਕੇ ਉਹ ਤਾਂ ਪ੍ਰੇਮ ਕਰਕੇ ਪਰਮਾਤਮਾ ਵੱਸ ਹੁੰਦਾ ਦੇਖੋ ਨਾ ਦੁਨੀਆਂ ਦੇ ਵਿੱਚ ਕਿੰਨੇ ਪੰਡਿਤ ਹੋਏ ਕਿੰਨੇ ਲੋਕ ਜਿਹੜੇ ਹਨ ਮੰਦਰਾਂ 'ਤੇ ਪੂਜਾ ਕਰਦੇ ਹੋਏ ਕਿੰਨੇ ਲੋਕ ਹੋਏ ਪਰ ਕਿਹਨਾਂ ਨੂੰ ਪਰਮਾਤਮਾ ਮਿਲਿਆ ਜਿਨ੍ਹਾਂ ਨੇ ਪ੍ਰੇਮ ਕੀਤਾ
ਹੁਣ ਦੇਖੋ ਭਗਤ ਧੰਨੇ ਨੂੰ ਰੱਬ ਮਿਲ ਗਿਆ, ਉਹ ਪੰਡਿਤ ਤ੍ਰਿਲੋਚਨ ਵਿਚਾਰਾ ਸਾਰੀ ਉਮਰ ਜਿਹੜਾ ਹੈ ਉਹ ਮੰਦਿਰਾਂ ਵਿੱਚ ਟੱਲ ਖੜਕਾਉਂਦਾ ਰਿਹਾ, ਸਵੇਰੇ ਜਾ ਕੇ ਭੋਗ ਲਾਉਣਾ, ਜਾ ਕੇ ਮੂਰਤੀ ਨੂੰ ਨਹਾਉਣਾ, ਇਹ ਕਰਨਾ ਉਹ ਕਰ, ਉਹਨੂੰ ਰੱਬ ਨਹੀਂ ਮਿਲਿਆ। ਭਗਤ ਧੰਨੇ ਨੇ ਇੱਕ ਛੋਟਾ ਜਿਹਾ ਪੱਥਰ ਜਾਂ ਸੜਕ ਦਾ ਪੱਥਰ ਚੱਕ ਕੇ ਉਹਨੂੰ ਦੇ ਦਿੱਤਾ, ਉਹਦੇ ਤੋਂ ਉਹਨੂੰ ਰੱਬ ਮਿਲ ਗਿਆ। ਸੋ ਉਹ ਪ੍ਰੇਮੀ ਸੀ ਨਾ, ਉਹ ਵਿਚਾਰਾ ਤ੍ਰਿਲੋਚਨ ਜਿਹੜਾ ਨਿਮੇ ਰਹਿ ਗਿਆ। ਸੋ ਇੱਕ ਦਿਨ ਨਾ ਭਗਤ ਤ੍ਰਿਲੋਚਨ ਜਿਹੜਾ ਪੰਡਿਤ ਤ੍ਰਿਲੋਚਨ ਸੀਗਾ ਨਾ, ਇਹਨੇ ਪੁੱਛਿਆ ਧੰਨੇ ਨੂੰ, ਧੰਨਾ ਕਿਵੇਂ ਆ? ਧੰਨਾ ਕਹਿੰਦਾ, ਕਹਿੰਦਾ ਪੰਡਿਤ ਜੀ ਤੁਸੀਂ ਤਾਂ ਮੇਰੇ 'ਤੇ ਬਹੁਤ ਵੱਡਾ ਪਰਉਪਕਾਰ ਕੀਤਾ। ਅਸਲ 'ਚ ਉਹਨੇ ਧੋਖਾ ਕੀਤਾ ਸੀ ਨਾ, ਧੰਨੇ ਨੂੰ ਪੱਥਰ ਚੱਕ ਕੇ ਦਿੱਤਾ ਸੀਗਾ ਸਾਲਗ੍ਰਾਮ 'ਚ ਕਿ ਪੂਜਾ ਕਰ ਲਾ, ਅਤੇ ਉਹ ਵਿਚਾਰਾ ਉਹਨੇ ਧੋਖਾ ਕੀਤਾ ਅਤੇ ਧੰਨੇ ਨੂੰ ਪੁੱਛਦਾ, ਕਹਿੰਦਾ ਤੈਨੂੰ ਠਾਕੁਰ ਕਿਵੇਂ, ਠੀਕ ਆ ਸੇਵਾ ਕਰਦਾ? ਕਹਿੰਦਾ ਠਾਕੁਰ ਦੀ ਸੇਵਾ ਤਾਂ ਕੀਤੀ ਜੋ ਕੀਤੀ, ਠਾਕੁਰ ਤਾਂ ਮੇਰੀਆਂ ਮੱਝਾਂ ਪਾਲਦਾ, ਹੁਣ ਮੇਰੀਆਂ ਮੱਝਾਂ ਚਾਰਦਾ ਫਿਰਦਾ, ਮੇਰੇ ਜਿਹੜੇ ਖੇਤਾਂ ਵਿੱਚ ਤੁਰਿਆ ਫਿਰਦਾ, ਉਹ ਜਿਹੜਾ ਠਾਕੁਰ ਦੀ ਜੀ ਤੂੰ ਪੂਜਾ ਕਰਦਾ ਨਾ ਇੱਥੇ, ਉਹ ਮੇਰੇ ਖੇਤਾਂ ਨੂੰ ਚੁੱਜਰਾ ਹਨ, ਉਹ ਸਵਾਰਦਾ ਫਿਰਦਾ, ਡੰਗਰ ਚਾਰਦਾ। ਉਹ ਤਾਂ ਹੈਰਾਨ ਹੋ ਗਿਆ, ਕਹਿੰਦਾ ਤੇਰਾ ਠਾਕੁਰ ਉੱਥੇ ਆ ਗਿਆ? ਕਹਿੰਦਾ ਹਾਂ ਰੱਬ ਮੇਰਾ ਖੇਤਾਂ 'ਚ ਤੁਰਿਆ ਫਿਰਦਾ, ਮੇਰੇ ਕੰਮ ਕਰੀ ਜਾਂਦਾ ਸਾਰੇ। ਉਹ ਕਹਿੰਦਾ ਮੈਨੂੰ ਦਿਖਾ, ਮੈਨੂੰ ਵੀ ਦਰਸ਼ਨ ਕਰਾ। ਉਹ ਪੰਡਿਤ ਚਲਿਆ ਗਿਆ, ਧੰਨਾ ਕਹਿੰਦਾ ਆ ਜਾ ਭਾਈ ਤੈਨੂੰ ਦਿਖਾ ਦਿੰਦੇ ਹਾਂ। ਉਹ ਖੜਾ ਉੱਥੇ ਪੰਡਿਤ ਤ੍ਰਿਲੋਚਨ ਖੜਾ, ਭਗਤ ਧੰਨਾ ਕਹਿੰਦਾ ਉਹ ਦੇਖ ਰੱਬ। ਉਹ ਕਹਿੰਦਾ ਠਾਕੁਰ ਉਹ ਦੇਖ ਕਿਵੇਂ ਹਲ ਚਲਾਉਣ ਲੱਗਿਆ ਹੋਇਆ, ਹੈ ਕਿਵੇਂ ਉਹ ਖੇਤੀਬਾੜੀ ਕਰ ਰਿਹਾ। ਇਹ ਤ੍ਰਿਲੋਚਨ ਕਹਿੰਦਾ ਮੈਨੂੰ ਤਾਂ ਦਿਸਦਾ ਨਹੀਂ। ਕਹਿੰਦਾ ਤੈਨੂੰ ਨਹੀਂ ਦਿਸਦਾ? ਆਹ ਖੜਾ, ਉਹ ਨਾਲ ਖਿੱਚ ਕੇ ਲੈ ਗਿਆ, ਕਹਿੰਦਾ ਆਹ ਖੜਾ ਤੇਰੇ ਸਾਹਮਣੇ ਦੇਖ, ਉਹਨੂੰ ਨਹੀਂ ਦਿਸਦਾ। ਫਿਰ ਭਗਤ ਧੰਨੇ ਨੇ ਪਰਮਾਤਮਾ ਨੂੰ ਕਿਹਾ, ਪਰਮਾਤਮਾ ਇਹਨੂੰ ਦਰਸ਼ਨ ਦੇ ਦੇ, ਇਹ ਪੰਡਿਤ ਤਾਂ ਇਹ ਨਹੀਂ ਤਾਂ ਮੈਨੂੰ ਇੱਥੇ ਪਾਸੇ ਲਾਇਆ ਸੀਗਾ, ਪੱਥਰ ਦਿੱਤਾ ਸੀਗਾ। ਅਤੇ ਮਹਾਰਾਜ ਕਹਿੰਦੇ ਨਾ ਧੰਨਿਆ, ਇਹਦੇ ਵਿੱਚ ਪ੍ਰੀਤ ਨਹੀਂ, ਇਹ ਪ੍ਰੇਮ ਨਹੀਂ, ਇਹ ਤਾਂ ਸਿਰਫ ਉੱਥੇ ਜਾ ਕੇ ਲੋਕਾਂ ਦੀ ਜਿਹੜੀ ਰੋਟੀ ਨਾ ਨੇਮੇ ਕਰਦਾ ਹੈ, ਇਹਨੇ ਪ੍ਰੇਮ ਨਹੀਂ ਕੀਤਾ, ਇਹਨੂੰ ਨਹੀਂ ਅਸੀਂ ਦਰਸ਼ਨ ਦੇਣੇ। ਭਗਤ ਧੰਨੇ ਨੇ ਪਰਮਾਤਮਾ ਦੇ ਚਰਨ ਪਕੜ ਲਏ, ਕਹਿੰਦਾ ਬਾਦਸ਼ਾਹ ਮੇਰੇ ਕਰਕੇ ਹੀ ਦੇ ਦਿਉ। ਅਤੇ ਉਦੋਂ ਫਿਰ ਠਾਕੁਰ ਨੇ ਉਹਨੂੰ ਵੀ ਦਰਸ਼ਨ ਦਿੱਤੇ। ਦੇਖੋ ਨਾ, ਇਹ ਆ ਪ੍ਰੇਮ, ਪ੍ਰੇਮ ਦਾ ਇਹ ਡਿਫਰੈਂਸ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਨਾ, ਹੁਣ ਕਹਿੰਦੇ ਦੇਖਣਾ ਕਿਹਦੇ ਵਿੱਚ ਘੱਟ ਤੇ ਕਿਹਦੇ ਵਿੱਚ ਵੱਧ ਹੈ। ਅੰਗ ਸੰਗ ਰਹਿ ਨਿਤ ਹਿਤ ਸਨੋ, ਹਾਂ ਕਹਿੰਦੇ ਅੰਗ ਸੰਗ ਰਹਿ, ਕਹਿੰਦੇ ਅੰਗ ਸੰਗ ਤਾਂ ਹਰ ਕੋਈ ਰਹਿੰਦਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਮੇਰੇ ਕਿੰਨੇ ਸਿੱਖ ਨੇ ਮੇਰੇ ਕੋਲ ਰਹਿੰਦੇ ਨੇ, ਦਿਨ ਰਾਤ ਰਹਿੰਦੇ ਨੇ, ਸੇਵਾ ਵੀ ਕਰਦੇ ਹਨ। ਪਰਖੇ ਜਾਏ ਨਾ ਜੇ ਤੁਮ ਪਾਸੇ, ਹਾਂ ਕਹਿ ਲਈਏ ਪਰਖੇ ਜਾਏ ਨਾ ਜੇ ਤੁਮ ਪਾਸੇ, ਕਹਿ ਲਈਏ ਜੇ ਤੁਹਾਡੇ ਤੋਂ ਸਿੱਖਣ ਨੂੰ, ਕਹਿੰਦੇ ਤੁਹਾਡੇ ਤੋਂ ਪਰਖੇ ਨਹੀਂ ਜਾਂਦੇ ਤਾਂ ਮੈਂ ਟੈਸਟ ਲੈ ਲੈਂਦਾ। ਗੁਰੂ ਅਮਰਦਾਸ ਜੀ ਕਹਿੰਦੇ ਭਾਈ ਰਾਮਾ ਤੇ ਗੁਰੂ ਰਾਮਦਾਸ ਜੀ ਦਾ, ਜਿਸ ਕੇ ਹਿਰਦੇ ਪ੍ਰੇਮ ਅਵਿਨਾਸ਼ੀ, ਜਿਹਦੇ ਹਿਰਦੇ ਵਿੱਚ ਪਰਮਾਤਮਾ ਅਵਿਨਾਸ਼ੀ ਦਾ ਪ੍ਰੇਮ ਆ ਗਿਆ, ਜੋ ਸੱਚਮੁੱਚ ਪਰਮਾਤਮਾ ਨਾਲ ਪ੍ਰੇਮ ਕਰਦਾ ਹੈ, ਪਿਆਰ ਕਰਦਾ ਹੈ। ਤੋ ਹਮ ਪਰਖ ਦੇਹ ਤੁਮ ਤਾਂ, ਤੇ ਫਿਰ ਗੁਰੂ ਅਮਰਦਾਸ ਜੀ ਕਹਿੰਦੇ ਅਸੀਂ ਤੁਹਾਨੂੰ ਪਰਖ ਕੇ ਦਿਖਾ ਦਿੰਦੇ ਹਾਂ, ਆਈ ਵਿਲ ਮੇਕ ਇਟ ਕਲੀਅਰ ਟੂ ਯੂ, ਕੌਣ ਨਿਮੀ ਹੈ ਕੌਣ ਪ੍ਰੇਮੀ ਹੈ ਇਹਨਾਂ ਵਿੱਚੋਂ। ਰੱਖ ਹੋ ਗੋਪ ਨਾ ਕਹੋ ਹੁਕਦਾਈ, ਮਹਾਰਾਜ ਕਹਿੰਦੇ ਮੈਂ ਗੱਲ ਚੁੱਪ ਨਹੀਂ ਰੱਖਾਂਗਾ, ਮੈਂ ਤੁਹਾਨੂੰ ਪ੍ਰਗਟ ਕਰਕੇ ਦੱਸਾਂਗਾ। ਇਫ ਦ ਨੈਕਸਟ ਪਰਸਨ ਹੂ ਇਸ ਗੋਇੰ ਟੂ ਬੀ ਔਨ ਦ ਔਨ ਗੁਰੂ ਨਾਨਕ ਥਰੋਨ, ਜੋ ਅਗਲਾ ਜਿਹੜਾ ਗੁਰੂ ਬਣੇਗਾ, ਮੈਂ ਤੁਹਾਨੂੰ ਦਿਖਾਉਣਾ ਚਾਹੀਦਾ ਉਹ ਕੌਣ ਹੋਵੇਗਾ, ਉਹਦੇ 'ਚ ਕੀ ਕੁਆਲਿਟੀਜ਼ ਚਾਹੀਦੀਆਂ ਨੇ, ਕਿਉਂ ਉਹਨੂੰ ਚੁਣਿਆ ਹੈ। ਕਹਿੰਦੇ ਇਹ ਗੱਲ ਮੈਂ ਲੁਕੋ ਕੇ ਨਹੀਂ ਰੱਖਾਂਗਾ, ਮੈਂ ਤੁਹਾਨੂੰ ਕਲੀਅਰ ਕਰਕੇ ਟੈਸਟ ਲੈ ਕੇ ਅਸੈਸ ਕਰਕੇ ਮੈਂ ਤੁਹਾਨੂੰ ਦੱਸਾਂਗਾ। ਸਿੱਖਣ ਕੇ ਸੰਦੇਹ ਬਿਨਾਸ਼ਨ, ਸੋ ਕਹਿੰਦੇ ਸਿੱਖਾਂ ਦਾ ਜਿਹੜਾ ਸੰਦੇਹ ਡਾਊਟ ਹੈ ਜਾਂ ਉਹਨਾਂ ਦੇ ਮਨ ਦੇ ਵਿੱਚ ਸਵਾਲ ਨੇ, ਉਹਦਾ ਆਨਸਰ ਮੈਂ ਦੇਵਾਂਗਾ। ਜਿਸ ਪਾਸੇ ਥਾਪਨ ਸੰਗਿਆਸਨ, ਹਾਂ ਕਹਿੰਦੇ ਜਿਨ੍ਹਾਂ ਨੂੰ ਮੈਂ ਥਾਪਣਾ ਹੈ, ਚੌਥਾ ਗੁਰੂ ਨਾਨਕ ਬਣਾ ਕੇ ਉਹਨਾਂ ਨੂੰ ਮੈਂ ਕਲੀਅਰ ਕਰਕੇ ਸਾਰਿਆਂ ਨੂੰ ਦੱਸਣਾ ਹੈ। ਪਰਖਣ ਹਿਤ ਸ੍ਰੀ ਸਤਿਗੁਰ ਪੂਰੇ, ਹੁਣ ਦੇਖੋ ਦੋਵਾਂ ਨੂੰ ਪਰਖਣ ਵਾਸਤੇ, ਟੈਸਟ ਕਰਨ ਵਾਸਤੇ ਭਾਈ ਰਾਮਾ ਤੇ ਗੁਰੂ ਰਾਮਦਾਸ ਜੀ ਨੂੰ ਜੁਗਲ ਕਾਰਨ ਕਰੇ ਕਹਦੂ, ਮਹਾਰਾਜ ਨੇ ਦੋਨਾਂ ਨੂੰ ਸੱਦ ਲਿਆ, ਮਹਾਰਾਜ ਨੇ ਦੋਵਾਂ ਨੇ ਭਾਈ ਰਾਮੇ ਨੂੰ ਤੇ ਗੁਰੂ ਰਾਮਦਾਸ। ਹੁਣ ਦੇਖੋ ਫਿਰ ਭਾਈ ਰਾਮਾ ਜੀ ਬੀਬੀ ਦਾਨੀ ਜੀ ਦੇ ਪਤੀ ਹਨ ਤੇ ਗੁਰੂ ਰਾਮਦਾਸ ਜੀ ਬੀਬੀ ਭਾਨੀ ਜੀ ਦੇ, ਸੋ ਦੋਵੇਂ ਸਨ ਇਲੋ ਹਨ ਗੁਰੂ ਅਮਰਦਾਸ ਜੀ ਦੇ। ਹੁਣ ਇੱਥੇ ਮਹਾਰਾਜ ਦੇ ਜਿਹੜੇ ਸਾਹਿਬਜ਼ਾਦੇ ਨੇ ਗੁਰੂ ਅਮਰਦਾਸ ਜੀ ਦੇ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ, ਸੋ ਉਹਨਾਂ ਦਾ ਨਾਮ ਨਹੀਂ ਆਇਆ ਵੀ ਉਹ ਅਗਲੇ ਗੁਰੂ ਹੋਣਗੇ, ਬਿਕੋਜ਼ ਦੇ ਵਰ ਨਾਟ ਡੂਇੰਗ ਟੂ ਮਚ ਆਫ ਸੇਵਾ।
ਸੋ ਉਹ ਆਪਣੇ ਰੰਗ ਵਿੱਚ ਰਹਿੰਦੇ ਸੀਗੇ, ਦੇ ਵਰ ਲਾਈਕ ਯੂ ਨੋ ਲਾਈਕ ਸਾਹਿਬਜ਼ਾਦੇ, ਯੂ ਨੋ ਪੀਪਲ ਯੂਜ਼ ਟੂ ਡੂ ਦਿਆ ਸੇਵਾ, ਸੋ ਉਹ ਇੰਨੀ ਸੇਵਾ ਨਹੀਂ ਕਰਦੇ ਸਨ, ਸੋ ਇਹਨਾਂ ਦੇ ਦੋਵਾਂ ਦੇ ਨਾਂ ਹੀ ਆਏ, ਸੋ ਇਸ ਇਧਰ ਦ ਟੂ ਸਨ ਇਨ ਲੋਸ ਕਿਹਨੂੰ ਗੱਦੀ ਮਿਲੇਗੀ? ਰਾਮਾ ਰਾਮਦਾਸ ਤਵ ਆਏ, ਉਸ ਵੇਲੇ ਭਾਈ ਰਾਮਾ ਤੇ ਗੁਰੂ ਰਾਮਦਾਸ ਜੀ ਆ ਗਏ ਗੁਰੂ ਅਮਰਦਾਸ ਜੀ ਦੇ ਕੋਲ, ਪਾਸ ਬਾਪ ਕਾ ਗੁਰੂ ਸਿਧਾਏ, ਗੁਰੂ ਅਮਰਦਾਸ ਜੀ ਬੋਲੀ ਸਾਹਿਬ ਕੋਲ ਚਲੇ ਗਏ, ਜਿੱਥੇ ਬੋਲੀ ਸਾਹਿਬ ਬਣਦੀ ਹੈ ਨਾ, ਜਿੱਥੇ ਅੱਜ ਵੀ ਤੁਸੀਂ ਗੋਬਿੰਦਵਾਲ ਸਾਹਿਬ ਜਾਂਦੇ ਹੋ ਬੋਲੀ ਸਾਹਿਬ ਹੈ, ਮਹਾਰਾਜ ਉਹਦੀ ਸੇਵਾ ਕਰ ਰਹੇ ਸਨ, ਉੱਥੇ ਆ ਗਏ ਮਹਾਰਾਜ ਜੀ, ਲੈ ਲਸਟਕਾ ਹੱਥ ਮਜਾਰੇ, ਮਹਾਰਾਜ ਦੇ ਹੱਥ ਵਿੱਚ ਨਾ ਇੱਕ ਲੱਕੜ ਸੀਗੀ, ਅਸਟਿਕ ਸੀਗੀ ਮਹਾਰਾਜ ਦੇ ਹੱਥ ਵਿੱਚ, ਬ੍ਰਿਧ ਅਵਸਥਾ ਤਨ ਮਹਿ ਭਾਰੀ, ਦੇਖੋ ਮਹਾਰਾਜ ਜੀ ਉਮਰ ਜਿਹੜੀ ਆ ਨਾ ਉਸ ਵੇਲੇ ਜਿਹੜੀ ਸੀਗੀ, ਦੇਖੋ ਮਹਾਰਾਜ ਨੂੰ ਗੁਰਤਾ ਗੱਦੀ ਮਿਲੀ ਆ 84 ਈਅਰਸ ਕੋਲ, ਸੋ ਉਸ ਵੇਲੇ ਮਹਾਰਾਜ ਦੀ ਜਿਹੜੀ ਉਮਰ ਸੀ ਨਾ ਕਲੋਜ਼ ਜਾਂ ਮੋਰ ਦੈਨ 100 ਈਅਰਸ ਦੇ ਹੋ ਚੁੱਕੇ ਸਨ ਗੁਰੂ ਅਮਰਦਾਸ ਜੀ, ਕਿਉਂਕਿ ਮਹਾਰਾਜ ਗੁਰੂ ਅਮਰਦਾਸ ਦੀ ਫੁੱਲ ਏਜ ਹੈਗੀ ਆ 105 ਈਅਰਸ ਕੋਲ, ਸੋ 100 ਈਅਰਸ ਉਹ ਹੋ ਚੁੱਕੇ ਸਨ ਗੁਰੂ ਅਮਰਦਾਸ ਜੀ, ਖੜੇ ਹੋਏ ਅਵਲੋਕਿਓ ਥਾਂ, ਮਹਾਰਾਜ ਨੇ ਖੜ ਕੇ ਉਹ ਸਾਰਾ ਥਾਂ ਦੇਖਿਆ ਬੋਲੀ ਸਾਹਿਬ ਦਾ, ਰਾਮੇ ਸੋ ਤਬ ਕੀਨ ਬਖਾਨ, ਹੁਣ ਬੀਬੀ ਦਾਨੀ ਜੀ ਦੇ ਪਤੀ ਜਿਹੜੇ ਭਾਈ ਰਾਮਾ ਜੀ ਆ ਨਾ ਉਹਨਾਂ ਨੂੰ ਸੱਦ ਕੇ ਗੁਰੂ ਅਮਰਦਾਸ ਜੀ ਕਹਿੰਦੇ, ਇਹਾਂ ਹਮਾਰੇ ਬੈਠਣ ਕਾਰ, ਮਹਾਰਾਜ ਨੇ ਉਹ ਥਾਂ ਦਿਖਾਤਾ, ਹੁਣ ਬੋਲੀ ਸਾਹਿਬ ਇੱਥੇ ਆ, ਇੱਥੇ ਸਾਹਮਣੇ ਥਾਂ ਹੈ, ਮਹਾਰਾਜ ਨੇ ਉਹ ਥਾਂ ਸੱਦ ਕੇ ਕਹਿੰਦੇ ਇਹ ਥਾਂ ਜਿਹੜਾ ਹੈ ਨਾ, ਮਹਾਰਾਜ ਨੇ ਆਪਣੀ ਸਟਿਕ ਦੇ ਨਾਲ ਦਿਖਾਇਆ, ਕਹਿੰਦੇ ਇਹ ਥਾਂ ਜਿਹੜਾ ਹੈ, ਰੁਚਕ ਵੇਦਕਾ ਕਰੋ ਸੁਧਾਰ, ਕਹਿੰਦੇ ਇੱਥੇ ਇੱਕ ਪਲੇਟਫਾਰਮ ਬਣਾਉਣਾ ਹੈ, ਇੱਥੇ ਇੱਕ ਪਲੇਟਫਾਰਮ ਬਣਾਉਣਾ ਹੈ, ਇੱਥੇ ਵੇਦਕਾ, ਵੇਦਕਾ ਕਹਿੰਦੇ ਇੱਕ ਬੈਠਣ ਵਾਸਤੇ ਥਾਂ, ਅੱਗੇ ਤੁਹਾਨੂੰ ਯਾਦ ਆ ਪਿੰਡਾਂ ਵਿੱਚ ਵੀ ਅੱਗੇ ਹੁੰਦਾ ਸੀਗਾ ਇਹਨੂੰ ਸਟੋਨ ਤੱਕ ਬਣਾਇਆ ਹੁੰਦਾ ਸੀ ਥੜਾ ਜਿਹਾ ਜਿਹਦੇ ਉੱਤੇ ਲੋਕ ਬਹਿੰਦੇ, ਅੱਜ ਕੱਲ੍ਹ ਵੀ ਬਹਿੰਦੇ, ਉਹ ਇੱਕ ਦਰਖਤ ਹੁੰਦਾ ਅਤੇ ਆਲੇ ਦੁਆਲੇ ਬਣਾਇਆ ਹੁੰਦਾ ਉਹ ਸਾਰਾ, ਸੋ ਸਾਰੇ ਬੁੜੇ ਜਿਹੜੇ ਨਿਕੰਮੇ ਹੁੰਦੇ ਨਾ ਪਿੰਡ ਦੇ ਸਾਰੇ ਉੱਥੇ ਬਹਿ ਜਾਂਦੇ ਆ, ਸੋ ਐਨੀ ਹਾਓ, ਸੋ ਜਿਹੜਾ ਹੈ ਅਤੇ ਉਹ ਜਿਹੜੀਆਂ ਬੈਠਕਾਂ ਬਣਾਉਂਦੇ ਹੁੰਦੇ ਸਨ, ਹੈਂਜੀ, ਸੋ ਉੱਥੇ ਮਹਾਰਾਜ ਕਹਿੰਦੇ ਹੁਣ ਇਹੋ ਜਿਹੀ ਬੈਠਕ ਜਿਹੜੀ ਹੈ ਇੱਥੇ ਬਣਾਉਣੀ ਆ ਸਾਹਮਣੇ, ਇਮ ਕਹਿ ਸਤਿਗੁਰ ਕਰੀ ਲਕੀ, ਮਹਾਰਾਜ ਨੇ ਇਹ ਕਹਿ ਕੇ ਨਾ ਭਾਈ ਰਾਮੇ ਨੂੰ ਡਰੋਅ ਲਾਈਨ ਕਰ ਦਿੱਤੀ, ਮਹਾਰਾਜ ਕਹਿੰਦੇ ਹਾਂ ਇਹ ਥਾਂ 'ਤੇ ਇਹੋ ਜਿਹੀ ਬਣਾਉਣੀ ਆ, ਸਕੁਆਇਰ ਬਣਾਉਣੀ ਆ, ਜਾਂ ਕਿਵੇਂ ਮਹਾਰਾਜ ਨੇ ਦਿਖਾ ਦਿੱਤੀ, ਇਸ ਬਿੱਦ ਚਿੰਨ ਬਾਬੋ ਥਲ ਥੀ, ਹਾਂ ਕਹਿਣ ਲੱਗੇ ਇਹ ਥਾਂ 'ਤੇ ਸਾਡੇ ਬੈਠਣ ਵਾਸਤੇ ਸੋਹਣਾ ਥਾਂ ਪਲੇਟਫਾਰਮ ਬਣਾ ਦਿਓ, ਅਸੀਂ ਇੱਥੇ ਬੈਠੇ ਕਰਨਾ ਹੈ, ਬਾਹਰੋਂ ਦਿਸਾਂ ਦੂਸਰੀ ਗਈ, ਫਿਰ ਮਹਾਰਾਜ ਜੀ ਦੂਜੇ ਪਾਸੇ ਚਲੇ ਗਏ, ਹੁਣ ਲੈਫਟ ਐਂਡ ਰਾਈਟ ਬੋਲੀ ਸਾਹਿਬ ਦਾ ਨਾ ਲੈਫਟ ਇੱਕ ਰਾਈਟ ਦਾ, ਸੋ ਮਹਾਰਾਜ ਦੂਜੇ ਪਾਸੇ ਚਲੇ ਗਏ, ਹੁਣ ਤੈ ਸਥਾਨ ਪਿਕ ਠਾਂਡੇ ਭਏ, ਮਹਾਰਾਜ ਇੱਕ ਥਾਂ 'ਤੇ ਉੱਥੇ ਖੜ ਕੇ ਖੜੇ ਹੋ ਗਏ, ਮਹਾਰਾਜ ਖੜੇ ਹੋ ਗਏ, ਫਿਰ ਰਾਮਦਾਸ ਕੀ ਦਿਸ਼ਾ ਨਿਹਾਰਾ, ਉੱਥੇ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਨਾਲ ਨਾਲ ਸਨ ਉਹ ਗਰੁੱਪ ਦੇ ਵਿੱਚ, ਹੁਣ ਗੁਰੂ ਰਾਮਦਾਸ ਜੀ ਵੱਲ ਦੇਖ ਕੇ ਗੁਰੂ ਅਮਰਦਾਸ ਜੀ ਕਹਿੰਦੇ, ਕਰਨਕਾਰ ਕੋ ਗੁਰੂ ਉਚਾਰਾ, ਦੇਖੋ ਹੁਣ ਗੁਰੂ ਰਾਮਦਾਸ ਨੂੰ ਵੀ ਉਹੀ ਗੱਲ ਮਹਾਰਾਜ ਜੀ ਕਹਿ ਰਹੇ ਹਨ, ਕੀ ਕਹਿ ਰਹੇ ਹਨ, ਇਸ ਦਿਸ ਬੈਠਣ ਹੇਤ ਹਮਾਰੇ, ਕਹਿਣਗੇ ਰਾਮਦਾਸ ਅਸੀਂ ਇੱਥੇ ਬੈਠਣ ਵਾਸਤੇ ਸਾਡੇ ਵਾਸਤੇ ਤੂੰ ਇੱਕ ਥੜਾ ਇੱਥੇ ਬਣਾਉਣਾ, ਭਾਈ ਰਾਮਾ ਨੇ ਉੱਥੇ ਬਣਾਉਣਾ, ਤੂੰ ਇੱਥੇ ਬਣਾਉਣਾ, ਸਾਡੇ ਵਾਸਤੇ ਇੱਥੇ ਬਣਾਈ, ਹੁਣ ਥੜੀ ਬਣਾਵੋ ਰੁਚਰ ਪ੍ਰਕਾਰ, ਕਹਿੰਦੇ ਬਹੁਤ ਸੋਹਣੀ ਬਣਾਉਣੀ ਹੈ ਇੱਥੇ ਸਾਡੇ ਬੈਠੇ ਹੋਏ, ਬਹੁਤ ਸੋਹਣਾ ਥੜਾ ਬਣਾਇਓ ਤੁਸੀਂ, ਕੱਲ ਲਕੀਰ ਕੋ ਤਿਸੈ ਬਤਾਇਓ, ਕਿ ਲਕੀਰ ਕੱਢ ਕੇ ਮਹਾਰਾਜ ਨੇ ਉਹ ਵੀ ਦਿਖਾ ਦਿੱਤਾ ਵੀ ਇਹ ਜਿਹਾ ਬਣਾਉਣਾ ਹੈ, ਸ਼ੇਪ ਦੱਸ ਦਿੱਤਾ ਜੀ, ਇਸ ਬਿੱਦ ਕਹਿ ਕਰ ਤੁਮ ਜਨਵਾਇਓ, ਹਾਂ ਕਹਿਣ ਲੱਗੇ ਇਸ ਬਿੱਦ ਕਹਿ, ਕਹਿਣਗੇ ਇਸ ਵਿਧੀ ਦੇ ਨਾਲ, ਚੰਗੀ ਵਿਧੀ ਦੇ ਨਾਲ, ਚੰਗੀ ਤਰ੍ਹਾਂ ਤੁਸੀਂ ਇਹ ਜਿਹੜਾ ਚੰਗੀ ਤਰ੍ਹਾਂ ਬਣਾ ਦਿਓ, 1 ਡੇ ਦੇ ਵਿੱਚ ਹੈ, ਸਟਾਰਟ ਫਰੋਮ ਦਾ ਮੋਰਨਿੰਗ ਈਵਨਿੰਗ ਦ ਥਿੰਗ ਸ਼ੁੱਡ ਬੀ ਰੈਡੀ, ਸੋ ਪਲੇਟਫਾਰਮ ਇੱਕ ਦਿਨ ਵਿੱਚ ਹੋਲ ਡੇ ਵਿੱਚ ਬਣਨਾ ਚਾਹੀਦਾ ਹੈ, ਇਸ ਪਰ ਬੈਠੇ ਪ੍ਰਾਤਕਾਲ, ਮਹਾਰਾਜ ਕਹਿੰਦੇ ਇੱਥੇ ਅਸੀਂ ਸਨਸੈਟ ਜਿਹੜਾ ਹੈ ਇੱਥੇ ਅਸੀਂ ਬੈਠਿਆ ਕਰਾਂਗੇ, ਬਿਫੋਰ ਸਨਰਾਈਜ਼ ਅਸੀਂ ਇੱਥੇ ਬੈਠਾਂਗੇ ਤੇ ਦੂਸਰੇ ਥੜੇ ਤੇ, ਜਿਸ ਪਰ ਸੰਧਿਆ ਹੋਏ ਸੁਖਨਾ, ਉੱਥੇ ਸੰਧਿਆ ਵੇਲੇ ਉੱਥੇ ਬੈਠਿਆ ਕਰਾਂਗੇ ਭਾਈ ਰਾਮਾ ਜੀ ਦੇ ਥੜੇ ਤੇ, ਤਾਂ ਸਾਨੂੰ 2 ਥੜੇ ਚਾਹੀਦੇ ਨੇ ਇੱਥੇ ਬਿਫੋਰ ਸਨਰਾਈਜ਼ ਤੇ ਉੱਥੇ ਜਿਹੜਾ ਹਨ ਡਿਊਰਿੰਗ ਦ ਜਿਹੜਾ ਹੈ ਸਨ ਜਿਹੜਾ ਹੈ ਕੀ ਕਹਿੰਦੇ ਹੁੰਦੇ ਆ ਸਨਸੈਟ, ਹਾਂਜੀ ਹਾਂਜੀ ਸੈੱਟ ਹੋ ਗਿਆ, ਇਹ ਬਤਾਏ ਸ੍ਰੀ ਸਤਿਗੁਰ ਕਹੇ, ਕਹਿੰਦੇ ਇਹ ਦੱਸ ਕੇ ਨਾ ਸਤਿਗੁਰੂ ਜੀ ਹੁਣ ਚਲੇ ਗਏ,
ਦੋਵਾਂ ਨੂੰ ਕਹਿ ਦਿੱਤਾ ਤੂੰ ਇੱਥੇ ਬੁਲਾਉਣੀ ਤੂੰ ਇੱਥੇ ਬੁਲਾਉਣੀ, ਇਸ ਤਰ੍ਹਾਂ ਬੁਲਾਉਣੀ ਹੈ। ਮਹਾਰਾਜ ਦੱਸ ਕੇ ਚਲੇ ਗਏ ਤੇ ਸਥਲ ਦੋਨੋਂ ਥਿਰਤਾ ਲੈ। ਹੁਣ ਇਹ ਦੋਨੋਂ ਥਾਵਾਂ ਤੇ ਭਾਈ ਰਾਮਾ ਤੇ ਗੁਰੂ ਰਾਮਦਾਸ ਜੀ ਪ੍ਰਤਕ ਪ੍ਰਤਕ ਥਲ ਬੈਠਣ ਕੇਰਾ। ਹਾਂ, ਮਹਾਰਾਜ ਦੇ ਦੋ ਥਾਂ ਅੱਡ ਅੱਡ ਕਰਕੇ ਬਣਾਉਣੇ ਸ਼ੁਰੂ ਕਰਨੇ ਹਨ। ਲਗੇ ਕਰਾਵਨ ਕੋ ਤਿਸ ਬੇਰਾ, ਕਹਿੰਦੇ ਲਗੇ ਕਰਾਵਨ ਸੋ ਤਿਸ ਬੇਰਾ। ਭਾਈ ਰਾਮਾ ਨੇ ਤਾਂ ਕੀ ਕੀਤਾ, ਖੜ ਕੇ ਉੱਥੇ ਸਿੱਖਾਂ ਨੂੰ ਕਹਿੰਦਾ ਭਾਈ ਇੱਟਾਂ ਲੈ ਕੇ ਆਓ, ਸਿਮਨ ਲੈ ਕੇ ਆਓ, ਆਹ ਲੈ ਕੇ ਆਓ, ਮੰਗਾ ਲਏ ਜੀ ਕਈ ਸਿੱਖ ਇਕੱਠੇ ਕਰ ਲਏ। ਕਹਿੰਦੇ ਹੁਣ ਜੋ ਆਪਾਂ ਥੜਾ ਬਣਾਉਣਾ ਹੈ ਇਹਨਾਂ, ਉਹ ਜਿਵੇਂ ਇੱਕ ਮੈਨੇਜਰ ਹੁੰਦਾ ਨਾ, ਭਾਈ ਰਾਮਾ ਜੀ ਨੇ ਸੱਦ ਲਈ ਜੀ ਬੰਦੇ, ਕਹਿੰਦੇ ਤੂੰ ਆਹ ਕਰੀ ਤੂੰ ਆਹ ਕਰੀ, ਸਾਰਿਆਂ ਨੂੰ ਡਿਊਟੀਆਂ ਵੰਡਤੀਆਂ ਉੱਥੇ। ਦਿਨ ਸਗਰੇ ਮੈਂ ਕਾਲ ਕਰਾਏ, ਸਾਰੇ ਦਿਨ ਦੇ ਵਿੱਚ ਨਾ ਭਾਈ ਰਾਮਾ ਨੇ ਸਿੱਖਾਂ ਤੋਂ ਵੀ ਨਾਲ ਕੰਮ ਕਰਵਾਇਆ ਜੀ ਉਹ ਪਲੇਟਫਾਰਮ ਬਣਾਉਣ ਵਾਸਤੇ। ਸੰਧਿਆ ਭਾਈ ਗੁਰੂ ਤਬ ਆਏ, ਤੇ ਇਧਰਲੇ ਪਾਸੇ ਗੁਰੂ ਰਾਮਦਾਸ ਨੇ ਨਾ ਆਪੇ ਇਕੱਲੇ ਨੇ ਬਣਾਇਆ, ਉਹਨਾਂ ਨੇ ਕਿਸੇ ਗੁਰਸਿੱਖ ਨੂੰ ਕੁਛ ਨਹੀਂ ਕਿਹਾ, ਉਹਨਾਂ ਨੂੰ ਕਹਿੰਦੇ ਤੁਸੀਂ ਆਪਣੀ ਸੇਵਾ ਕਰੋ, ਆਪ ਇੱਟਾਂ ਲਿਆ ਕੇ ਆਪ ਸੀਮੰਟ ਕਰਕੇ ਆਪ ਇਕੱਲੇ ਨੇ ਸਭ ਬਣਾਇਆ ਪਲੇਟਫਾਰਮ। ਇੱਥੇ ਭਾਈ ਰਾਮਾ ਨੇ ਕਰਾ ਲਿਆ ਜੀ, ਸਾਰੇ ਸਿੱਖਾਂ ਤੋਂ ਕਹਿ ਗੁਰੂ ਕਿ ਆਪ ਥੋੜਾ ਥੋੜਾ ਬਹੁਤਾ ਕਰਕੇ ਤਿਆਰ ਹੋ ਗਿਆ ਜੀ, ਸ਼ਾਮ ਤੱਕ ਪਲੇਟਫਾਰਮ ਬਣ ਗਏ। ਕਰ ਜੋ ਰਾਮੇ ਪੂਰ ਬਹੇਰੀ, ਹੁਣ ਗੁਰੂ ਅਮਰਦਾਸ ਜੀ ਆਏ ਇੰਸਪੈਕਸ਼ਨ ਵਾਸਤੇ, ਮਹਾਰਾਜ ਨੇ ਉਹਨਾਂ ਦਾ ਇੰਸਪੈਕਸ਼ਨ ਕਰਨ ਵਾਸਤੇ ਆਏ, ਸਿੱਖਾਂ ਸਮੇਤ ਗੁਰੂ ਅਮਰਦਾਸ ਜੀ ਆਏ ਸ਼ਾਮ ਨੂੰ, ਉਹ ਲੱਕੜ ਹੱਥ 'ਚ ਫੜੀ ਹੋਈ ਹੈ ਮਹਾਰਾਜ ਦੇ। ਹਾਂਜੀ, ਜਿਵੇਂ ਪੁਰਾਣੇ ਇੰਜੀਨੀਅਰ ਨਹੀਂ ਹੁੰਦੇ ਸੀਗੇ, ਇੱਕ ਲੱਕੜ ਉਹਨਾਂ ਦੇ ਹੱਥ ਵਿੱਚ ਹੁੰਦੀ ਹੁੰਦੀ ਸੀ ਹਮੇਸ਼ਾ, ਅੰਗਰੇਜ਼ਾਂ ਦੇ ਟਾਈਮ ਤੁਸੀਂ ਦੇਖਿਆ ਉਹਨਾਂ ਕੇ ਆਏ ਕੱਛ 'ਚ ਪਾ ਲੈਂਦੇ ਹੁੰਦੇ ਸੀਗੇ। ਹਾਂਜੀ, ਸੋ ਉਹ ਜਿਹੜਾ ਮਹਾਰਾਜ ਦੇ ਹੱਥ ਵਿੱਚ ਇੱਕ ਲੱਕੜ ਸੀਗੇ, ਮਹਾਰਾਜ ਆਏ ਜੀ ਇੰਸਪੈਕਸ਼ਨ ਕਰਨ ਵਾਸਤੇ। ਪਰ ਕਰ ਹਿਤ ਬੋਲੇ ਤੇ ਸਵੇਰੇ, ਮਹਾਰਾਜ ਨੇ ਚੰਗੀ ਤਰ੍ਹਾਂ ਪਹਿਲਾਂ ਦੇਖਿਆ ਜੀ ਥੜਾ, ਭਾਈ ਰਾਮਾ ਜੀ ਦਾ ਪਹਿਲਾਂ ਦੇਖਿਆ, ਚੰਗੀ ਤਰ੍ਹਾਂ ਦੇਖਿਆ ਉਹਨੂੰ ਸਾਰਾ ਇੰਸਪੈਕਟ ਕਰਕੇ। ਇਹ ਤੋਂ ਨੇਕੀ ਨਹੀਂ ਬਣਾਏ, ਭਾਈ ਰਾਮਾ ਨੂੰ ਕਹਿੰਦੇ ਭਾਈ ਇਹ ਚੰਗਾ ਨਹੀਂ ਬਣਿਆ, ਇਹ ਚੰਗਾ ਨਹੀਂ ਬਣਾਇਆ, ਇਟਸ ਨੋਟ ਟੂ ਦ ਸਟੈਂਡਰਡਸ ਹੈ ਨਾ, ਸੋ ਨਹੀਂ ਚੰਗਾ ਬਣਿਆ ਜੀ ਇਹ। ਬੈਠਣ ਹੇਤ ਨਾ ਹਮ ਕੋ ਭਾਈ, ਕਹਿੰਦੇ ਮੈਨੂੰ ਬੈਠਣ ਵਾਸਤੇ ਤੇ ਚੰਗਾ ਨਹੀਂ ਲੱਗੇਗਾ, ਨੋਟ ਟੂ ਮਚ ਸਟੈਂਡਰਡਸ, ਨਾ ਚੰਗਾ ਠੀਕ ਨਹੀਂ ਬਣਿਆ ਤੇਰਾ, ਦੇਖੋ ਤੂੰ ਕਿੰਨੀ ਮਿਹਨਤ ਕੀਤੀ ਰਾਮੀ ਨੂੰ ਕਹਿੰਦੇ, ਤੂੰ ਇੰਨੀ ਮਿਹਨਤ ਕੀਤੀ ਸਾਰੀ ਵੇਸਟ ਚਲੀ ਗਈ, ਨਾ ਚੰਗਾ ਨਹੀਂ ਬਣਿਆ, ਤੂੰ ਚੰਗਾ ਨਹੀਂ ਬਣਾਇਆ। ਟੇਢੀ ਕੰਧ ਉਸਾਰਤ ਪਏ, ਦੇਖ ਰਾਮਿਆ ਆ ਦੇਖ ਤੇਰੀ ਕੰਧ ਟੇਢੀ ਆ, ਟੇਢੀ ਮੀਨਸ ਕੁਰਕਟ ਕਹਿ ਲਈਏ, ਸਲਾਈਡਿੰਗ ਕਹਿ ਲਈਏ, ਜੋ ਮਰਜ਼ੀ ਕਹਿ ਲਈਏ, ਕਹਿੰਦੇ ਟਿਲਟਡ ਆ ਤੇਰੀ ਕੰਧ ਵੀ, ਟਿਲਟਡ ਆ ਜਿਵੇਂ ਪੀਸਾ ਟਾਵਰ ਹੁੰਦੀ ਹੈ। ਢਾਹੇ ਦੇਹੋ ਨਹਿ ਦੇਰ ਕਰੀ ਜਾ, ਹਾਂ ਕਹਿੰਦੇ ਇਹਨੂੰ ਢਾਹ ਦੇ, ਹੁਣ ਇਹਨੂੰ ਨਹੀਂ ਛੱਡਣਾ, ਤੂੰ ਢਾਹ ਦੇ ਇਹਨੂੰ, ਢਾਹ ਕੇ ਜਿਹੜਾ ਹੈ ਆਪਾਂ ਫੇਰ ਬਣਾਈਏ ਇਹਨੂੰ, ਇਹ ਠੀਕ ਨਹੀਂ ਬਣਿਆ। ਅਮਰੋ ਕਹਿਓ ਨੀਕ ਸੁਣ ਲੀਜਾ, ਹਾਂ ਕਹਿ ਲਗੇ ਚੰਗਾ ਰਾਮਿਆ ਹੁਣ ਚੰਗੀ ਤਰ੍ਹਾਂ ਸੁਣ, ਅਸੀਂ ਤੈਨੂੰ ਕਿਵੇਂ ਦੱਸਦੇ ਹਾਂ ਥੜਾ ਕਿਵੇਂ ਬਣਾਉਣਾ। ਮਹਾਰਾਜ ਕਹਿੰਦੇ ਤੂੰ ਚੰਗੀ ਤਰ੍ਹਾਂ ਸੁਣ, ਹਾਂਜੀ ਚੰਗੀ ਤਰ੍ਹਾਂ ਨੋਟ ਕਰ ਸਾਰੀਆਂ ਗੱਲਾਂ ਡਿਟੇਲਸ ਜਿਹੜੇ ਹਨ। ਇਤ ਦਿਸ ਸੁਤੇ ਭੀ ਕਹਿੰਦੇ ਇੱਧਰਲੇ ਪਾਸੇ ਤੋਂ ਸਿੱਧੀ ਕੰਧ ਕਰਨੀ ਆ, ਆਈ ਨਹੀਂ ਕਰਨੀ, ਸਿੱਧੀ ਕਰਨੀ ਹੈ, ਸਾਰਾ ਮਹਾਰਾਜ ਸਮਝਾਇਆ। ਮਾਨ ਬੇਦਕਾ ਭਲੇ ਬਣਾਵੋ, ਹਾਂ ਕਹਿੰਦੇ ਫਿਰ ਸਾਡਾ ਬੈਠਕ ਚੰਗੀ ਤਰ੍ਹਾਂ ਤੂੰ ਬਣਾਈ, ਹੁਣ ਚੰਗੇ ਧਿਆਨ ਨਾਲ ਸੁਣ ਕੇ ਚੰਗੀ ਤਰ੍ਹਾਂ ਬਣਾਉਣਾ ਹੈ। ਸੁਣ ਰਾਮੇ ਮਨ ਭੰਗ ਬਣਿਓ ਹੈ, ਉਸ ਵੇਲੇ ਨਾ ਭਾਈ ਰਾਮੇ ਜੀ ਦਾ ਦਿਲ ਟੁੱਟ ਗਿਆ ਵਿਚਾਰੇ ਦਾ, ਕਹਿੰਦਾ ਸਾਰਾ ਦਿਨ ਮੈਂ ਧੁੱਪੇ ਲੱਗਿਆ ਰਿਹਾ ਤੇ ਦਿਲ ਟੁੱਟ ਗਿਆ ਉਹਦਾ, ਕਹਿੰਦਾ ਲੈ ਆ ਕੇ ਸਿੱਧਾ ਹੀ ਰਿਜੈਕਟ ਕਰਤਾ, ਵਨ ਗੋ ਰਿਜੈਕਟ ਆ, ਫਿਰ ਨਿਜ ਮਤ ਆਛੀ ਜਾਨ ਭਰਿਓ ਹੈ, ਤੇ ਕਹਿੰਦਾ ਕੋਈ ਅਪੀਲ ਵੀ ਨਹੀਂ ਕਰ ਸਕਦੇ, ਸਿੱਧਾ ਹੀ ਹੁਕਮ ਹੋ ਗਿਆ ਤੋੜ ਦੋ, ਕੋਈ ਜਸਟੀਫਿਕੇਸ਼ਨ ਨਹੀਂ, ਕੋਈ ਕੁਛ ਨਹੀਂ, ਕਹਿੰਦੇ ਮੈਂ ਤਾਂ ਨਾ ਚੰਗੀ ਤਰ੍ਹਾਂ ਮੈਂ ਬਣਾਇਆ, ਭਾਈ ਰਾਮੇ ਦੇ ਮਨ 'ਚ ਕੀ ਹੈ, ਮੈਂ ਚੰਗੀ ਤਰ੍ਹਾਂ ਬਣਾਇਆ ਸੀ, ਮੈਂ ਸੁਣ ਕੇ ਬਣਾਇਆ, ਇੰਨਾ ਸੋਹਣਾ ਥੜਾ ਅੱਜ ਤੱਕ ਨਹੀਂ ਬਣਿਆ ਹੋਇਆ ਦੁਨੀਆ 'ਚ, ਵੀ ਮੈਂ ਤਾਂ ਚੰਗੀ ਤਰ੍ਹਾਂ ਬਣਾਇਆ ਹੈ। ਜਿਮ ਤੁਮ ਕਹਿਓ ਤਥਾ ਬਣਵਾਏ, ਹੱਥ ਜੋੜ ਕੇ ਭਾਈ ਰਾਮਾ ਜੀ ਗੁਰੂ ਅਮਰਦਾਸ ਜੀ ਨੂੰ ਕਹਿੰਦੇ, ਕਹਿੰਦੇ ਜਿਮ ਤੁਮ ਕਹਿਓ, ਮੈਂ ਤਾਂ ਉਵੇਂ ਬਣਾਇਆ ਜਿਵੇਂ ਤੁਸੀਂ ਕਿਹਾ ਸੀਗਾ, ਤੁਹਾਡੇ ਕਹੇ ਤੋਂ ਤੁਹਾਡੇ ਡਿਟੇਲਿੰਗ ਸਾਰੇ ਮੈਂ ਪੂਰੇ ਕੀਤੇ ਹਨ ਇਹਦੇ ਵਿੱਚ। ਕੋ ਕਰਨ ਭਾਰ ਦੈ ਨਾ ਭਾਈ, ਪਤਾ ਨਹੀਂ ਤੁਹਾਨੂੰ ਪਸੰਦ ਕਿਉਂ ਨਹੀਂ ਆਇਆ, ਆਈ ਐਮ ਸਰਪ੍ਰਾਈਜ਼ਡ, ਯੂ ਨੋ, ਇੰਨਾ ਸੋਹਣਾ ਥੜਾ ਜਿਹੜਾ ਕਿਤੇ ਬਣਿਆ ਹੀ ਨਹੀਂ ਦੁਨੀਆ ਵਿੱਚ, ਰੋਮਨਸ ਨੇ ਵੀ ਨਹੀਂ ਕਿਤੇ ਬਣਾਇਆ,
ਇੰਨਾ ਸੋਹਣਾ ਬਣਿਆ ਹੋਇਆ, ਤੁਹਾਨੂੰ ਪਸੰਦ ਕਿਉਂ ਨਹੀਂ ਆਇਆ? ਸੁੰਦਰ ਬਣੀ ਬੈਠ ਬੇ ਲਾਇਆ, ਦੇਖੋ ਕਹਿੰਦੇ ਤੁਹਾਡੇ ਬੈਠਣ ਦੇ ਪੂਰੇ ਲਾਇਕ ਆ, ਇੰਨੀ ਸੋਹਣੀ ਥਣੀ ਕਹਿੰਦੇ ਕਿਹਨੇ ਬਣਾਈ ਅੱਜ ਤੱਕ, ਹੈ ਨਾ? ਇੰਨਾ ਤੁਹਾਡੇ ਬੈਠਣ ਦੇ ਲਾਇਕ ਹੈਗੀ ਆ ਇਹ, ਪਰ ਸਮੁਖ ਖਰੇ ਤਰਸ ਹੈ ਜੈ ਪਾਇਆ. ਹਾਂ ਕਹਿੰਦੇ ਕਿ ਦੇਖੋ ਗੁਰੂ ਅਮਰਦਾਸ ਇੱਧਰਲੇ ਐਂਗਲ ਤੋਂ ਦੇਖੋ, ਕਹਿੰਦਾ ਮੇਰਾ ਥੋੜਾ ਕਿੰਨਾ ਸੋਹਣਾ ਹੈ, ਤੁਸੀਂ ਗਲਤ ਐਂਗਲ ਤੋਂ ਦੇਖਿਆ, ਇੱਥੇ ਖੜ ਕੇ ਦੇਖੋ. ਹਾਂਜੀ, ਫਿਰ ਮੇਰੋ ਦੋਸ਼ ਨਾ ਯਾ ਮੈਂ ਕੋਈ, ਕਹਿੰਦੇ ਫਿਰ ਭਾਈ ਰਾਮਾ ਪਤਾ ਕੀ ਕਹਿੰਦੇ ਗੁਰੂ ਅਮਰਦਾਸ ਨੂੰ, ਕਹਿੰਦੇ ਇਹਦੇ 'ਚ ਮੇਰਾ ਦੋਸ਼ ਨਹੀਂ ਹੈਗਾ, ਆਈ ਐਮ ਨੋਟ ਰੋਂਗ, ਯੂ ਨੋ ਆਈ ਹੈਵ ਨੋਟ ਡਨ ਐਨੀਥਿੰਗ ਰੋਂਗ ਹੇਅਰ. ਫਿਰ ਆਪ ਕਹੀ ਜਿਮ ਤਥਾ ਸੋ, ਹਾਂ ਜਿਵੇਂ ਤੁਸੀਂ ਕਹੀ ਸੀ ਮੈਂ ਉਵੇਂ ਬਣਾਈ ਹੈ. ਫਿਰ ਉਹ ਕੀ ਕਹਿ ਰਿਹਾ, ਕੀ ਇੰਪਲਾਈ ਕਰ ਰਿਹਾ? ਮਹਾਰਾਜ ਤੁਸੀਂ ਠੀਕ ਨਹੀਂ ਦੱਸਿਆ, ਜਿਵੇਂ ਤੁਸੀਂ ਕਿਹਾ ਮੈਂ ਉਵੇਂ ਬਣਾਇਆ ਹੈ. ਕੀਨ ਯਤਨ ਮੈਂ ਭਲੇ ਸੁਧਾਰੀ, ਕਹਿੰਦੇ ਮੈਂ ਤਾਂ ਯਤਨ ਕੀਤੇ ਨੇ, ਚੰਗੀ ਤਰ੍ਹਾਂ ਬਣਾਇਆ, ਮੈਂ ਐਨ ਚੰਗਾ ਪੱਕਾ ਥੜਾ ਬਣਾਇਆ ਹੈ. ਜਿਮ ਰਾਵਰ ਨੇ ਰੀਤ ਉਚਾਰੀ, ਹਾਂ ਜਿਵੇਂ ਤੁਸੀਂ ਜਿਹੜੀ ਤਰੀਕੇ ਨਾਲ ਤੁਸੀਂ ਦੱਸਿਆ ਸੀ ਉਹੀ ਤਰੀਕੇ ਨਾਲ ਬਣਾਇਆ ਹੈ. ਇਹ ਰਾਮਾ ਕਹਿ ਰਹੇ ਹੋ ਕਨੇਰਾ, ਬਹੁਤ ਕੁਛ ਭਾਈ ਰਾਮਾ ਹਜੇ ਵੀ ਬੋਲੀ ਗਿਆ, ਹਟਿਆ ਨਹੀਂ ਜੀ, ਅਪੀਲ ਕਰਦਾ ਰਿਹਾ ਵੀ ਕੰਸੀਡਰੇਸ਼ਨ ਵਾਸਤੇ. ਸ੍ਰੀ ਗੁਰੂ ਟੈ ਭਾਈ ਤਿਸਬੇ, ਮਹਾਰਾਜ ਨੇ ਕਿਹਾ ਹਥੌੜਾ ਚੱਕ ਤੋੜ. ਉਹ ਵਿਚਾਰਾ ਜਸਟੀਫਿਕੇਸ਼ਨ ਦੇ ਗਿਆ, ਮਹਾਰਾਜ ਕਹਿੰਦੇ ਹਥੌੜਾ ਚੱਕ ਤੋੜ ਇਹਨੂੰ, ਫਿਰ ਬਣਾ. ਹਾਂਜੀ, ਨਿਜ ਘਰ ਸ਼ਰੀ ਲਕੀਰ ਨਿਕਾਰੀ, ਫਿਰ ਮਹਾਰਾਜ ਨੇ ਲਕੀਰ ਕੱਢੀ, ਕਹਿੰਦੇ ਨਾ ਇੱਥੇ ਆ ਚੰਗੀ ਤਰ੍ਹਾਂ ਇੱਥੇ ਬਣਾਉਣਾ, ਆ ਐਂਗਲ ਇਸ ਤਰ੍ਹਾਂ ਇਸ ਤਰ੍ਹਾਂ ਵੀ ਦੱਸਤਾ. ਕਹਿਓ ਕਰੋ ਇਸ ਰੀਤ ਸੁਧਾਰੀ, ਕਹਿੰਦੇ ਹੁਣ ਦੇਖ ਲੈ ਚੰਗੀ ਤਰ੍ਹਾਂ ਰਾਮਿਆ, ਸੁਣ ਲੈ ਚੰਗੀ ਤਰ੍ਹਾਂ ਇਸ ਤਰ੍ਹਾਂ ਬਣਾਉਣਾ ਹੈ. ਤੈਂ ਤੇ ਚੱਲ ਦੂਸਰ ਦਿਸ ਗਏ, ਹੁਣ ਮਹਾਰਾਜ ਜੀ ਦੂਜੇ ਪਾਸੇ ਗਏ ਜਿੱਥੇ ਗੁਰੂ ਰਾਮਦਾਸ ਜੀ ਉਹ ਥੜਾ ਬਣਾ ਰਹੇ ਸਨ. ਰਾਮਦਾਸ ਦੇ ਠਾਂਡੇ ਪਏ, ਹੁਣ ਗੁਰੂ ਰਾਮਦਾਸ ਜੀ ਦੇ ਕੋਲ ਜਾ ਕੇ ਖੜ ਗਏ ਗੁਰੂ ਅਮਰਦਾਸ ਜੀ. ਪਦ ਅਰਬਿੰਦ ਬੰਦਨਾ ਕਰਕੇ, ਜਦੋਂ ਮਹਾਰਾਜ ਜੀ ਆਏ ਨਾ, ਗੁਰੂ ਰਾਮਦਾਸ ਨੇ ਦੂਰੋਂ ਹੀ ਮੱਥਾ ਟੇਕਣਾ ਸ਼ੁਰੂ ਕਰਤਾ ਮਹਾਰਾਜ ਨੂੰ, ਮਹਾਰਾਜ ਦੇ ਚਰਨਾਂ ਤੇ ਆ ਕੇ ਮੱਥਾ ਟੇਕ ਦਿੱਤਾ. ਕਰੋ ਰਹੋ ਨਿਜ ਗਰੀਬ ਨਿਹੋਰ ਕੇ, ਤੇ ਖੜੇ ਰਹੋ ਆਪਣਾ ਗਰਦਨ ਨੀਵੀਂ ਕਰਕੇ ਨਾ, ਗੁਰੂ ਅਮਰਦਾਸ ਜੀ ਹੱਥ ਜੋੜ ਕੇ ਖੜੇ ਰਹੇ ਵੀ ਮਹਾਰਾਜ ਦੱਸੋ ਕੀ ਹੁਕਮ ਹੈ. ਸ੍ਰੀ ਗੁਰੂ ਅਮਰਦਾਸ ਪਿਕ ਕਹੇ, ਹੁਣ ਗੁਰੂ ਅਮਰਦਾਸ ਨੇ ਇੱਕ ਥੜਾ ਦੇਖਿਆ ਗੁਰੂ ਰਾਮਦਾਸ ਜੀ ਦਾ ਬਣਾਇਆ ਹੋਇਆ. ਹਮਰੋ ਆਏ ਤੈ ਨਹਿ ਲਹਿਓ, ਹਾਂ ਆਸ਼ਾ ਹੈ ਕਿ ਸਾਡੇ ਆਸ਼ਾ ਅਨੁਸਾਰ ਨਹੀਂ ਬਣਿਆ, ਸਾਡੀ ਜੋ ਅਸੀਂ ਚਾਹੁੰਦੇ ਸੀ ਨਾ ਤੇਰਾ ਥੜਾ ਉਵੇਂ ਨਹੀਂ ਬਣਿਆ. ਇਟਸ ਨੋਟ ਟੂ ਦ ਸਟੈਂਡਰਡ ਐਸ ਵੈਲ. ਹਾਂਜੀ, ਤਥਾ ਬਤਾਈ ਤਥਾ ਨਾ ਕਰੀ, ਜਿਵੇਂ ਤੁਹਾਨੂੰ ਕਿਹਾ ਸੀ ਤੂੰ ਕੀਤਾ ਨਹੀਂ ਉਵੇਂ, ਮਤਲਬ ਤੂੰ ਸੁਣੀ ਨਹੀਂ ਸਾਡੀ ਗੱਲ ਚੰਗੀ ਤਰ੍ਹਾਂ. ਹਾਂਜੀ, ਜਿਵੇਂ ਤੁਹਾਨੂੰ ਕਿਹਾ ਸੀ ਤੂੰ ਉਵੇਂ ਬਣਾਇਆ ਨਹੀਂ. ਬਕਰ ਭੀਤ ਰਾਜ ਕੀ ਨਸਥਰੀ, ਕਹਿਣ ਕੇ ਦੇਖ ਤੇਰੀ ਵੀ ਕੰਧ ਟੇਢੀ ਹੈ, ਤੂੰ ਕੰਧ ਸਿੱਧੀ ਨਹੀਂ ਕੀਤੀ, ਤੂੰ ਪੂਰਾ ਮੈਸ਼ਰ ਨਹੀਂ ਕੀਤਾ, ਥੋੜੀ ਟੇਢੀ ਹੋ ਗਈ ਕੰਧ ਇੱਥੇ. ਭਾਈ ਨਾ ਬੈਠਣ ਪੁੱਜਤ ਹਮਾਰੇ, ਹਾਂ ਕਹਿੰਦੇ ਇਹ ਵੀ ਸਾਡੇ ਬੈਠਣ ਦੇ ਲਾਇਕ ਨਹੀਂ ਹੈਗਾ ਤੇਰਾ ਵੀ ਥੜਾ ਜਿਹੜਾ ਹੈਗਾ ਹੈ. ਇਸ ਕਾਰਨ ਤੇ ਕਰੋ ਬਿਦਾਰੇ, ਇਸ ਕਰਕੇ ਇਹਨੂੰ ਤੋੜ ਦਿਓ, ਇਹ ਨਹੀਂ ਠੀਕ ਹੈਗਾ, ਇਹਨੂੰ ਤੋੜ ਕੇ ਫੇਰ ਬਣਾਉਣਾ ਪਵੇਗਾ. ਗੁਰਦੇ ਸੁਣ ਸੰਕਤ ਮਨ ਹੋਇਆ ਕਿ, ਹੁਣ ਇਹ ਸੁਣ ਕੇ ਨਾ ਗੁਰੂ ਰਾਮਦਾਸ ਦਾ ਮਨ ਜਿਹੜਾ ਨਾ ਕਾਫੀ ਦੁਖੀ ਹੋਇਆ, ਕਹਿੰਦਾ ਵੀ ਉਹ ਦੁਖੀ ਇਸ ਤਰ੍ਹਾਂ ਨਹੀਂ ਹੋਇਆ ਜਿਵੇਂ ਭਾਈ ਰਾਮਾ ਜੀ ਦਾ ਹੋਇਆ, ਪਰ ਇਹ ਦੁਖੀ ਇਸ ਕਰਕੇ ਹੋਇਆ ਵੀ ਮੈਂ ਮਹਾਰਾਜ ਦਾ ਦੇਖੋ ਟਾਈਮ ਖਰਾਬ ਕੀਤਾ, ਮੇਰੇ ਤੋਂ ਗਲਤੀ ਹੋ ਗਈ, ਆਈ ਹੈਵ ਡਨ ਅ ਮਿਸਟੇਕ, ਯੂ ਨੋ ਮਹਾਰਾਜ ਦੇਖੋ ਚੱਲ ਕੇ ਆਏ ਮੈਨੂੰ ਦੱਸਣ ਵਾਸਤੇ, ਖੇਚਲ ਹੋਈ ਮਹਾਰਾਜ ਨੂੰ. ਤਤਕਾਲ ਨਿਜ ਹਾਥ ਗਿਰਹਿ ਕੈ, ਦੇਖੋ ਉਸ ਵੇਲੇ ਨਾ ਤਤਕਾਲ ਨਿਜ ਹਾਥ ਗਿਰਹਿ ਕੈ, ਕਿ ਭਾਈ ਜਦੋਂ ਮਹਾਰਾਜ ਨੇ ਢਾ ਦੇ ਗੁਰੂ ਰਾਮਦਾਸ ਨੇ ਉਸੇ ਵੇਲੇ ਹਥੌੜਾ ਚੱਕਿਆ ਤੋੜ ਦਿੱਤਾ, ਆਪੇ ਤੋੜਤਾ, ਤੋੜ ਕੇ ਉਹਨੂੰ ਕਰਤਾ ਫਲੈਟ. ਹੁਣ ਸਾਰਾ ਨੰਬਰ ਹੋਏ ਬੂਜੀ ਬਿਦ ਫੇਰੀ, ਫਿਰ ਮਹਾਰਾਜ ਨੂੰ ਮੱਥਾ ਟੇਕ ਕੇ ਮੁਆਫੀਆਂ ਮੰਗੀਆਂ ਗੁਰੂ ਰਾਮਦਾਸ ਨੇ, ਤੇ ਕਿਹਾ ਮੈਨੂੰ ਫਿਰ ਸਮਝਾਓ ਮੈਂ ਕਿਵੇਂ ਬਣਾਵਾਂ ਇਹਨੂੰ, ਪਲੀਜ਼ ਟੈਲ ਮੀ ਅਗੇ. ਫਿਰ ਬਖਸ਼ੋ ਅਬੈ ਅਵਗਿਆ, ਫਿਰ ਇਹ ਵੀ ਕਿਹਾ ਮੇਰੀ ਅਵਗਿਆ ਮਾਫ਼ ਕਰ ਦਿਓ, ਮੈਨੂੰ ਮੁਆਫ਼ੀ ਦੇ ਦਿਓ, ਮੈਂ ਤੋਂ ਬਣਿਆ ਨਹੀਂ, ਮੈਂ ਤੁਹਾਡੀ ਗੱਲ ਨਹੀਂ ਚੰਗੀ ਤਰ੍ਹਾਂ ਸੁਣੀ. ਮੈਂ ਮਤ ਹੀਨ ਸਕਿਓ ਨਹਿ ਜਾ, ਦੇਖੋ ਕਹਿੰਦਾ ਮੇਰੀ ਮਤ ਛੋਟੀ ਹੈ, ਆਈ ਕੁਡਨਟ, ਮੇਰੀ ਵਿਸਡਮ ਛੋਟੀ ਹੈ, ਮੈਂ ਸਮਝ ਨਹੀਂ ਸਕਿਆ, ਪਾਤਸ਼ਾਹ ਜੀ ਮੇਰੀ ਮਤ ਬਹੁਤ ਥੋੜ੍ਹੀ ਹੈ, ਤੁਹਾਡਾ ਅੱਡੇ ਉੱਡੇ ਜਿਹੜਾ ਵਿਸ਼ਾ ਹੈ ਮੈਂ ਨਹੀਂ ਸਮਝ ਸਕਿਆ, ਆਈ ਕੁਡਨਟ ਅੰਡਰਸਟੈਂਡ ਯੂ ਬਿਕੋਜ਼ ਆਈ ਐਮ ਨੋਟ ਕੇਪੇਬਲ. ਫਿਰ ਬਹੁਰ ਬਤਾ ਬਹੁ ਕਿਰਪਾ, ਮਹਾਰਾਜ ਕਿਰਪਾ ਕਰਕੇ ਮੈਨੂੰ ਫਿਰ ਸਮਝਾ ਦਿਓ ਇੱਕ ਵਾਰੀ, ਪਲੀਜ਼ ਟੈਲ ਮੀ ਹਾਊ ਯੂ ਵਾਂਟ ਇਟ ਟੂ ਬੀ.
ਮੈਨੂੰ ਫਿਰ ਇੱਕ ਵਾਰੀ ਟਰਾਈ ਕਰਨ ਦਿਓ। ਫਿਰ ਆਪ ਸਤਿਗੁਰ ਨੇ ਕੀਨ ਲਕੀਰ, ਸੋ ਮਹਾਰਾਜ ਨੇ ਫੇਰ ਲਕੀਰ ਕੱਢਤੀ, ਧਰਤੀ ਤੇ ਫੇਰ ਲਕੀਰ ਕੱਢੀ। ਅਬਰ ਬਤਾਏ ਸਭ ਤਤਬੀਰ, ਸਾਰਾ ਕੁਝ ਮਹਾਰਾਜ ਨੇ ਚੰਗੀ ਤਰ੍ਹਾਂ ਦੱਸਿਆ। ਹੁਣ ਕਰੋ ਜਨਾਬਨ ਦੋਨੋਂ ਫੇਰ, ਕਹਿਣ ਲੱਗੇ ਮਹਾਰਾਜ ਕਹਿੰਦੇ ਫੇਰ ਬਣਾਓ, ਹੁਣ ਭਲਕੇ ਸਾਰਾ ਦਿਨ ਫੇਰ ਲਾਓ। ਹੁਣ ਹਿਮ ਕਹਿ ਸ੍ਰੀ ਗੁਰ ਕਮਲੇ ਢੇਰੇ, ਹੁਣ ਦੇਖੋ ਇਹ ਕਹਿ ਕੇ ਗੁਰੂ ਅਮਰਦਾਸ ਜੀ ਵਾਪਸ ਚਲੇ ਗਏ। ਨਿਸਾ ਬੀਤੇ ਉੱਠ ਕਰ ਪੁਨਸਾ, ਹੁਣ ਰਾਤ ਨੂੰ ਸਾਰੇ ਸੌਂਗੇ, ਸਵੇਰੇ ਉੱਠੇ, ਹੁਣ ਦੋਵੇਂ ਥੜੇ ਫੇਰ ਬਣਨੇ ਸ਼ੁਰੂ ਹੋਏ। ਲਗੇ ਕਰਾਵਨ ਦੋਨੋਂ ਕਾਰ, ਹੁਣ ਦੋਨੋਂ ਕਾਰ ਕਰਨ ਲੱਗੇ ਜੀ, ਫੇਰ ਬਣਾਉਣ ਲੱਗੇ ਥੜੇ। ਜਿਵੇਂ ਕਿਨੋ ਸਤਿਗੁਰ ਫਰਮਾਵਾ, ਜਿਵੇਂ ਸਤਿਗੁਰੂ ਨੇ ਕਿਹਾ ਸੀ ਉਵੇਂ ਬਣਾਉਣ ਲੱਗੇ। ਜਿਵੇਂ ਸੁਚੇਤ ਹੋਇਆ ਲਾਗ ਬਣਾਵਾ, ਹੁਣ ਥੋੜੇ ਜੇ ਕੌਸ਼ਸ ਹਨ, ਥੋੜਾ ਚੰਗੀ ਤਰ੍ਹਾਂ ਦੇਖ ਕੇ ਬਣਾਉਂਦੇ ਨੇ, ਕੰਧਾਂ ਵਿੱਚ ਸਿੱਧੀਆਂ ਕਿ ਨਹੀਂ, ਉਹ ਸਾਰਾ ਦੋਵੇਂ ਪਾਸੇ ਬਹੁਤ ਸੁਚੱਜਾ ਹਨ, ਐਨ ਕੌਸ਼ਸ ਹੋ ਕੇ ਚੰਗੀ ਤਰ੍ਹਾਂ ਕੈਫੁਲ ਹੋ ਕੇ ਉਹ ਸੇਵਾ ਕਰ ਰਹੇ ਹਨ। ਭਲੀ ਰੀਤ ਸੋ ਜੁਗਲ ਸੁਧਾਰੇ, ਦੇਖੇ ਚੰਗੀ ਤਰ੍ਹਾਂ, ਹੁਣ ਕੱਲ ਨਾਲੋਂ ਵੀ ਵਧੀਆ ਥੜਾ ਦੋਨਾਂ ਦਾ ਬਣ ਗਿਆ, ਕੱਲ ਨਾਲੋਂ ਵੀ ਵਧੀਆ ਬਣਿਆ, ਸੋਹਣਾ ਬਣਿਆ। ਪੰਕ ਈਟਕਾ ਸੁੰਦਰ ਸਾਰੇ, ਉੱਥੇ ਪੰਕ ਮੀਨਸ ਜਿਹੜੀ ਹੈ ਨਾ ਗਾਰਾ, ਜਿਹੜਾ ਕਲੇ ਹੁੰਦਾ ਹੈ, ਤੇ ਈਟਕਾ ਮੀਨਸ ਜਿਹੜੇ ਬ੍ਰਿਕਸ ਹੁੰਦੇ ਨੇ, ਉਹ ਸਾਰੇ ਜਿਹੜੇ ਹਨ ਸੁੰਦਰ, ਜਿਹੜੇ ਐਨ ਚਿੰਨ ਚਿੰਨ ਕੇ ਬਣਾਏ ਉਹਨਾਂ ਨੇ ਸਿੱਧੇ ਕਰਕੇ। ਸ੍ਰੀ ਗੁਰੂ ਜਾਣਿਓ ਸਾਇੰਕਾਲ, ਹੁਣ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਹਨ, ਹੁਣ ਸ਼ਾਮਾਂ ਵੇਲੇ ਫੇਰ ਆਏ ਜੀ ਇੰਸਪੈਕਸ਼ਨ ਵਾਸਤੇ, ਹੁਣ ਦੂਜਾ ਇੰਸਪੈਕਸ਼ਨ ਹੋ ਰਿਹਾ ਹੈ। ਚਲੇ ਬਾਵਲੀ ਦਿਸਾ ਕਿਰਪਾ, ਮਹਾਰਾਜ ਜੀ ਆ ਗਏ ਹਨ ਬੌਲੀ ਸਾਹਿਬ ਦੇ ਕੋਲ। ਪ੍ਰਥਮ ਜਹਾਰਾ ਮੈਨੇ ਕਰੀ, ਹੁਣ ਉੱਥੇ ਗਏ ਜਿੱਥੇ ਭਾਈ ਰਾਮਾ ਜੀ ਖੜੇ ਸਨ, ਹੁਣ ਜਿੱਥੇ ਭਾਈ ਰਾਮਾ ਜੀ ਦਾ ਥੜਾ ਸੀ ਪਹਿਲਾਂ। ਆਨ ਬਿਲੋਕਨ ਕਿਨ ਥਰੀ, ਕਹਿਣ ਲੱਗੇ ਜਿਹੜਾ ਹਨ ਕਹੀ ਹੋਤਾ ਹੈ। ਫਿਰ ਉੱਥੇ ਆ ਕੇ ਭਾਈ ਰਾਮਾ ਨੂੰ ਪੁੱਛਿਆ, ਅੱਜ ਥੜਾ ਚੰਗੀ ਤਰ੍ਹਾਂ ਬਣਾਇਆ ਕਿ ਨਹੀਂ ਬਣਾਇਆ? ਤੇ ਮਹਾਰਾਜ ਨੇ ਦੇਖ ਕੇ ਥੜੇ ਨੂੰ ਕਹਿ, ਲੱਗਦਾ ਨੀ ਵੀ ਚੰਗਾ ਬਣਿਆ ਤੇਰਾ ਅੱਜ ਵੀ। ਫਿਰ ਕਹਿਓ ਤਾਹੇ ਇਹ ਕਰੀ ਨਾ ਆਛੇ, ਕਹਿਣ ਲੱਗੇ ਕਰੀ ਨਾ ਆਛੇ, ਤੂੰ ਚੰਗੀ ਤਰ੍ਹਾਂ ਨਹੀਂ ਬਣਾਇਆ ਅੱਜ ਵੀ ਥੜਾ ਜਿਹੜਾ ਹੈਗਾ ਹੈ। ਜਥਾ ਬਣੀ ਨਾ ਜਥਾ ਹਮ ਬਾਛੇ, ਜਿਸ ਜਾਂ ਅਸੀਂ ਚਾਹੁੰਦੇ ਸਾਂ ਉਹ ਜਾ ਨਹੀਂ ਬਣਿਆ, ਜਿਸ ਜਾਂ ਅਸੀਂ ਚਾਹੁੰਦੇ ਸੀ ਨਾ ਉਹ ਜਾ ਥੜਾ ਨਹੀਂ ਬਣਿਆ, ਅੱਜ ਵੀ ਠੀਕ ਨਹੀਂ ਬਣਿਆ। ਕਰੋ ਵਿਦਾਰਨ ਫੇਰ ਬਣਾਓ, ਹਾਂ ਕਹਿੰਦੇ ਕਰੋ ਵਿਦਾਰਨ ਨੂੰ ਤੋੜ ਦਿਓ ਤੇ ਫੇਰ ਬਣਾਓ। ਭਾਈ ਰਾਮ ਨੂੰ ਕਹਿੰਦੇ ਹੁਣ ਤੁਹਾਨੂੰ ਫੇਰ ਤੋੜਨਾ ਪੈਣਾ, ਫੇਰ ਬਣਾਈ ਇਹਨੂੰ। ਹੁਣ ਫਿਰ ਮਾਤੇ ਸ਼ਰਮ ਬਾਦ ਕਰਾਵੋ, ਕਹਿਣ ਲੱਗੇ ਤੂੰ ਕਿਉਂ ਸਾਡੀ ਜਿਹੜਾ ਹਨ ਕਹਿੰਦੇ ਮੱਤ ਤੇ ਸ਼ਰਮ ਬਾਦ ਕਰਾਵੋ, ਤੂੰ ਜਿਹੜਾ ਹਨ ਤੂੰ ਆਪਣੀ ਥੋੜੀ ਮੱਤ ਲਾ, ਤਿੰਕ ਤਿੰਕ, ਕਹਿੰਦੇ ਸਵਰ ਕੇ ਚੰਗੀ ਤਰ੍ਹਾਂ ਬਣਾ, ਤੂੰ ਉਹੀ ਵਾਧੂ ਆਪਣਾ ਸਾਰੀ ਦਿਨ ਦੀ ਕੋ ਜਿਹੜਾ ਮਿਹਨਤ ਕੀਤੀ ਸਾਰੀ ਵੇਸਤਕ ਹੋ ਗਈ, ਦੂਜੇ ਦਿਨ ਹੋ ਗਈ ਹੁਣ ਵੇਸਤਕ, ਦੂਜਾ ਥੜਾ ਵੀ ਠੀਕ ਨਹੀਂ ਬਣਿਆ। ਬਿਨ ਮਤ ਤੇ ਸ਼ਰਮ ਬਾਦ ਕਰਾ, ਹਾਂ ਕਹਿਣਗੇ ਬਿਨ ਮਤ, ਮਤ ਤੋਂ ਜਿਹੜਾ ਹਨ ਮਤ ਤੇ ਹੀ ਨੇ, ਤੈਨੂੰ ਗੱਲ ਸਮਝ ਨਹੀਂ ਆ ਰਹੀ, ਇਸ ਕਰਕੇ ਫਿਰ ਗਲਤ ਬਣ ਗਿਆ। ਸੁਣਨਾ ਮੈਂ ਹਿਰਦੇ ਵਿਚਾਰਾ, ਸੋ ਰਾਮੇ ਨੇ ਉਸ ਵੇਲੇ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ, ਹੁਣ ਸੋਚਿਆ ਥੋੜਾ ਜਿਹਾ ਭਾਈ ਰਾਮੇ ਨੇ, ਮੈਂ ਨੀਕੇ ਥਲ ਥਰੀ ਸੁਧਾਰ, ਕਹਿਣਗੇ ਦੇਖੋ ਮੈਂ ਤਾਂ ਚੰਗੀ ਤਰ੍ਹਾਂ ਬਣਾਇਆ, ਉਹਨੇ ਮਨ 'ਚ ਸੋਚਿਆ ਕਹਿੰਦੇ ਗੁਰੂ ਨੂੰ ਹੋਇਆ ਕੀ ਆ, ਕਹਿੰਦਾ ਮੈਂ ਤਾਂ ਚੰਗੀ ਤਰ੍ਹਾਂ ਬਣਾਇਆ, ਮੇਰਾ ਫਾਦਰ ਇਨ ਲਾਅ ਕਰਦਾ ਕੀ ਆ। ਹਾਂਜੀ ਫਿਰ ਕਹਿਣ ਲੱਗਿਓ ਮੈਂ ਤਥਾ ਬਣਾਈ, ਕਹਿਣ ਲੱਗਿਆ ਭਾਈ ਹੁਣ ਬੋਲ ਪਿਆ ਜੀ, ਹੁਣ ਰਹਿ ਨਹੀਂ ਸਕਿਆ ਭਾਈ ਰਾਮਾ, ਪਹਿਲਾਂ ਤਾਂ ਦਿਲ 'ਚ ਬੋਲਦਾ ਸੀ ਹੁਣ ਮੂੰਹ 'ਤੇ ਆ ਗਿਆ, ਕਹਿੰਦਾ ਜੀ ਦੇਖੋ ਭਾਈ ਸਹੁਰਾ ਜੀ ਮੈਂ ਤਾਂ ਬਣਾਇਆ, ਬੜਾ ਵਧੀਆ ਬਣਾਇਆ ਮੈਂ, ਹੁਣ ਜਿਸ ਬਿਧ ਤੁਮਨੇ ਦੀਨ ਬਤਾਈ, ਐਗਜੈਕਟਲੀ ਉਵੇਂ ਬਣਾਇਆ ਜਿਵੇਂ ਤੁਸੀਂ ਦੱਸਿਆ ਸੀ, ਮੈਂ ਇੱਧਰ ਉੱਧਰ ਇੱਕ ਵੀ ਹਿੱਟ ਨਹੀਂ ਕੀਤੀ, ਉਹ ਥੋੜੀ ਲਾਈਨ ਬਣਾਈ ਹੋਈ, ਮੈਂ ਐਗਜੈਕਟਲੀ ਉਹੀ ਲਾਈਨ ਤੇ ਬਣਾਇਆ ਹੈ। ਬਣੀ ਰੁਚਰ ਬੈਠਬ ਕੇ ਜੋ, ਦੇਖੋ ਕਹਿੰਦੇ ਮਹਾਰਾਜ ਦੇਖੋ ਕਿੰਨਾ ਸੋਹਣਾ ਬਣਿਆ ਥੜਾ, ਕਿੰਨਾ ਚਮਕਦਾ ਹੈ, ਸ਼ਾਈਨਿੰਗ ਬੜਾ ਸੋਹਣਾ ਹੈ। ਦੇਖਤ ਕਰੈ ਸਰਾਹਨ ਲੋਕ, ਦੇਖੋ ਕਹਿੰਦੇ ਮਹਾਰਾਜ ਤੁਹਾਡੇ ਆਉਣ ਤੋਂ ਪਹਿਲਾਂ ਜਿਹੜਾ ਵੀ ਇੱਥੇ ਲੰਘਦਾ ਸੀ ਨਾ ਵਾਹ ਵਾਹ ਕਰਦਾ ਗਿਆ ਮੇਰੇ ਥੜੇ ਨੂੰ ਦੇਖ ਕੇ, ਸਾਰੇ ਵਾਹ ਵਾਹ ਕਰਦੇ ਸੀ, ਵਾਰਾ ਮੈਨੇ ਕਿੰਨਾ ਸੋਹਣਾ ਥੜਾ ਬਣਾਇਆ, ਕਿੰਨਾ ਸੋਹਣਾ ਥੜਾ ਬਣਾਇਆ। ਹਾਂਜੀ ਮੈਨੂੰ ਤਾਂ ਮੈਨੂੰ ਲੱਗਦਾ ਕਹਿੰਦਾ ਮੈਨੂੰ ਕੰਟਰੈਕਟ ਮਿਲ ਜਾਣੇ ਆ ਯੂਕੇ 'ਚ, US 'ਚ ਥੜੇ ਬਣਾਉਣ ਦਾ। ਮੈਂ ਕੈਸੇ ਕਰਦੇ ਹੋ ਢਹਾਈ, ਹਾਂ ਕਹਿੰਦਾ ਮੈਂ ਕਿਵੇਂ ਢਾ ਦਵਾਂ, ਇੰਨਾ ਸੋਹਣਾ ਬਣਿਆ, ਉਹ ਕਹਿੰਦਾ ਬ੍ਰਿਕਿਟ ਨਹੀਂ ਮੈਂ ਢਾਉਣਾ, ਇੰਨਾ ਸੋਹਣਾ ਬਣਿਆ ਇਹ ਨਾ, ਤੁਸੀਂ ਦੇਖੋ ਚੰਗੀ ਤਰ੍ਹਾਂ। ਹੁਣ ਇਸ ਤੇ ਆਛੀ ਕਿਆ ਬਣ ਜਾਏ, ਇਹ ਵੀ ਕਹਿਤਾ ਭਾਈ ਰਾਮੇ ਨੇ ਇਹ ਤੋਂ ਅੱਛਾ ਤਾਂ ਬਣ ਹੀ ਨਹੀਂ ਸਕਦਾ, ਦਿਸ ਇਜ਼ ਵਨ ਆਫ ਦ ਬੈਸਟ ਇਨ ਦ ਵਰਲਡ, ਕੋਈ ਨਹੀਂ ਬਣਾ ਸਕਦਾ ਇਹ ਜਿਹਾ ਥੜਾ। ਤਬ ਸਤਿਗੁਰ ਨੇ ਦੇਈ ਢਹਾਏ, ਮਹਾਰਾਜ ਨੇ ਕੀ ਕੀਤਾ,
ਮਹਾਰਾਜ ਕਹਿੰਦੇ ਚੰਗਾ ਰਾਮੇ, ਜੇ ਤੂੰ ਨਹੀਂ ਢੋਣਾ ਸਿੱਖਣ ਨੂੰ ਕਿਹਾ ਚੱਲੋ ਹਟਾ ਤੋੜੇ ਨੂੰ, ਕਹਿੰਦੇ ਫਿਰ ਬਣਾਉਣਾ ਹੈ। ਹੁਣ ਸਿੱਖਾਂ ਨੇ ਆ ਕੇ ਹਥੌੜੇ ਲੈ ਕੇ ਤੋੜ ਦਿੱਤਾ ਜੀ, ਫਿਰ ਫਲੈਟ ਕਰਤਾ ਸਾਰਾ। ਕਰੀ ਕਾਰਪੁਨ ਭਲੇ ਬਤਾਏ। ਹਾਂ, ਕਹਿੰਦੇ ਫਿਰ ਦੱਸਿਆ ਰਾਮਿਆ, ਹੁਣ ਫਿਰ ਸੁਣ ਚੰਗੀ ਤਰ੍ਹਾਂ ਸੁਣ ਕਿਵੇਂ ਥੜਾ ਬਣਾਉਣਾ ਹੈ। ਇਸ ਪ੍ਰਕਾਰ ਕੀਜੈ ਸੁਭ ਥਰੀ। ਹਾਂ, ਕਹਿੰਦੇ ਤੇਗੋ ਹੁਣ ਸੁਣ ਲਾ ਸਵਰ ਕੇ, ਇਸ ਤਰ੍ਹਾਂ ਬਣਾਉਣਾ ਹੈ ਹੁਣ ਥੜਾ ਕਰਕੇ ਤੂੰ। ਸੁਰਤ ਸੰਭਾਰ ਹੋ ਔਰ ਮਤ ਧਰੀ। ਹਾਂ, ਕਹਿਣ ਲੱਗੇ ਸੁਰਤ ਸੰਭਾਰੋ ਤੂੰ ਹੁਣ, ਹਾਂ ਲਿਸਨ ਟੂ ਮੀ ਕੇਅਰਫੁਲੀ ਕਹਿੰਦੇ ਨੀ ਹੁੰਦੇ ਹੁਣ, ਕਹਿੰਦੇ ਤੂੰ ਚੰਗੀ ਤਰ੍ਹਾਂ ਸਾਡੀ ਗੱਲ ਸੁਣ, ਸੁਣ ਕੇ ਇਸ ਤਰ੍ਹਾਂ ਬਣਾਉਣਾ ਹੈ, ਹੁਣ ਤੂੰ ਕੋਈ ਪੁਆਇੰਟ ਮਿਸ ਨਾ ਕਰੀ, ਚੰਗੀ ਤਰ੍ਹਾਂ ਸੁਣ ਲਾ, ਇਵੇਂ ਬਣਾਉਣਾ ਹੈ। ਰਾਮਦਾਸ ਕੀ ਦਿਸ ਚੱਲ ਗਏ। ਹੁਣ ਗੁਰੂ ਮਹਾਰਾਜ ਜੀ ਹੁਣ ਗੁਰੂ ਰਾਮਦਾਸ ਵੱਲ ਚਲੇ ਗਏ, ਉੱਥੇ ਵੀ ਥੜਾ ਬਣਿਆ ਹੈ ਨਾ। ਹਾਂਜੀ, ਹੇਰ ਥਰੀ ਕੋ ਉਚਰਤ ਭਏ। ਹੁਣ ਗੁਰੂ ਰਾਮਦਾਸ ਦਾ ਬਣੇ ਹੋਏ ਥੜੇ ਵੱਲ ਦੇਖ ਕੇ ਗੁਰੂ ਅਮਰਦਾਸ ਜੀ ਕਹਿੰਦੇ, ਇਹ ਤਾਂ ਨੀਕੀ ਨਹੀਂ ਬਣਾਈ। ਕਹਿੰਦੇ ਭਾਈ ਤੂੰ ਵੀ ਠੀਕ ਨਹੀਂ ਬਣਾਈ, ਤੇਰਾ ਵੀ ਥੜਾ ਠੀਕ ਨਹੀਂ ਬਣਿਆ ਅੱਜ ਵੀ। ਬੈਠ ਪਕਾਰਾਂ ਹਮੋ ਨਾ ਭਾਈ। ਸਾਨੂੰ ਆ ਸਾਡੇ ਬੈਠਣ ਵਾਸਤੇ ਨਹੀਂ, ਅਸ ਕਿਤੇ ਬਹਿਣਾ ਥੜੇ ਦੇ ਉੱਤੇ, ਇਹ ਚੰਗਾ ਨਹੀਂ ਬਣਿਆ, ਠੀਕ ਨਹੀਂ ਬਣਿਆ ਹੈਗਾ। ਹੁਣ ਕਰੋ ਬਿਦਾਰਨ ਰੱਖੋ ਨਾ। ਦੇਖੋ ਇਹਨੂੰ ਹੁਣ ਆਪਾਂ ਰੱਖਣਾ ਨਹੀਂ, ਤੋੜ ਦੇ ਹੁਣੇ ਤੋੜ, ਇਹਨੂੰ ਆਪਾਂ ਰੱਖਣਾ ਨੀਗਾ ਹੈਗਾ। ਕਹਿਓ ਨਾ ਲਖਿਓ ਤੁਮਹਿ ਮਨ ਮਾਹੇ। ਹਾਂ, ਕਹਿਣ ਲੱਗੇ ਕਹਿਓ ਨਾ ਲਖਿਓ, ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ ਗੁਰੂ ਅਮਰਦਾਸ ਜੀ ਕਹਿੰਦੇ ਗੁਰੂ ਰਾਮਦਾਸ ਨੂੰ, ਕਿੰਨੀ ਵਾਰੀ ਤੈਨੂੰ ਦੱਸਿਆ, ਤੁਹਾਨੂੰ ਸਮਝ ਨਹੀਂ ਆਉਂਦੀ ਵੀ ਥੜਾ ਕਿਵੇਂ ਬਣਾਉਣਾ ਹੈ। ਕਹਿਣਗੇ ਤੈਨੂੰ ਨਹੀਂ ਸਮਝ ਆਈ ਮਨ ਦੇ ਵਿੱਚ ਕੋਈ ਵੀ ਮੇਰੀ ਗੱਲ ਦੀ। ਸੁਣ ਸਤਿਗੁਰ ਕੇ ਬਾਕਨ ਸਰਾਉ। ਜਦੋਂ ਇਹ ਗੱਲਾਂ ਜਿਹੜਾ ਹਨ ਬਚਨ ਗੁਰੂ ਰਾਮਦਾਸ ਨੇ ਸੁਣੇ ਗੁਰੂ ਅਮਰਦਾਸ ਜੀ ਦੇ, ਢਾਹਨ ਕਰੀ ਧਰੇ ਮੁਖ ਮੌਨ। ਕਹਿਣ ਲੱਗੇ ਗੁਰੂ ਰਾਮਦਾਸ ਕੁਛ ਨਹੀਂ ਬੋਲੇ, ਹਥੌੜਾ ਚੱਕ ਕੇ ਸਾਰਾ ਤੋੜਦਾ, ਗੁਰੂ ਰਾਮਦਾਸ ਨੇ ਆਪੇ ਤੋੜ ਕੇ ਰੱਖ ਦਿੱਤਾ ਸਾਰਾ। ਔਰ ਪੈ ਧਰ ਕੇ ਬੋਲਿਓ ਫੇਰ। ਕਿ ਔਰ ਪੈ, ਬੜੇ ਡਰ ਡਰ ਆ ਗਿਆ ਗੁਰੂ ਰਾਮਦਾਸ ਜੀ ਦੇ ਮਨ ਵਿੱਚ, ਬਹੁਤ ਡਰ ਦੇ ਨਾਲ ਹੌਲੀ ਹੌਲੀ ਕੰਬਦੀ ਆਵਾਜ਼ ਵਿੱਚ ਗੁਰੂ ਰਾਮਦਾਸ ਜੀ ਬੋਲੇ, ਤੁਮਰੀ ਮਤੀ ਅਗਾਧ ਵਡੇ। ਕਹਿੰਦੇ ਮਹਾਰਾਜ ਤੁਹਾਡੀ ਮਤੀ ਬਹੁਤ ਵੱਡੀ ਹੈ, ਤੁਹਾਡੀ ਜਿਹੜੀ ਅਕਲ ਹੈ, ਤੁਹਾਡਾ ਵਿਜ਼ਡਮ ਹੈ, ਮੇਰੀ ਸਮਝ ਨਹੀਂ ਪੈਂਦਾ। ਕਹਿੰਦੇ ਬਹੁਤ ਵੱਡੀ ਆ, ਉਹ ਸਮੁੰਦਰ ਦੀ ਤਰ੍ਹਾਂ ਵੱਡੀ ਹੈ। ਹਮ ਮਤ ਮੰਦ ਸਕੈ ਨਹਿ ਜਾਣ। ਅਸੀਂ ਮਤ ਮੰਦ ਹਾਂ, ਅਸੀਂ ਭੈੜੀ ਮਤ ਵਾਲੇ ਹਾਂ, ਸਾਡੀ ਮਤ ਦੇ ਵਿੱਚ ਸਾਡੀ ਅਕਲ ਜਿਹੜੀ ਹੈ ਉਹ ਬਹੁਤ ਥੋੜੀ ਹੈ ਤੇ ਭੈੜੀ ਹੈ, ਇਸ ਕਰਕੇ ਸਾਨੂੰ ਸਮਝ ਨਹੀਂ ਪੈਂਦੀ। ਤਉ ਕਿਰਪਾ ਤੁਮ ਕਰੋ ਮਹਾਨ। ਪਰ ਮਹਾਰਾ ਫਿਰ ਵੀ ਕਿਰਪਾ ਕਰ ਦਿਓ, ਪਾਤਸ਼ਾਹ ਜੀ ਗਿਵ ਮੀ ਅਨਦਰ ਚਾਂਸ, ਫਿਰ ਵੀ ਉਹਨੂੰ ਇੱਕ ਚਾਂਸ ਦੇ ਦਿਓ, ਮੈਨੂੰ ਫਿਰ ਵੀ ਇੱਕ ਓਪਰਚੁਨਿਟੀ ਦੇ ਦਿਓ ਹੁਣ। ਬਿਸਰ ਜਾਤ ਹਮਰੀ ਮਤ ਥੋੜੀ। ਕਿਉਂਕਿ ਮੈਨੂੰ ਗੱਲ ਭੁੱਲ ਜਾਂਦੀ ਹੈ, ਮੇਰੀ ਮਤ ਥੋੜੀ ਹੈ, ਮੈਨੂੰ ਯਾਦ ਨਹੀਂ ਰਹਿੰਦਾ ਮਹਾਰਾਜ, ਜ਼ਰੂਰ ਮੈਂ ਕੋਈ ਪੁਆਇੰਟ ਭੁੱਲ ਗਿਆ ਹੋਊਂਗਾ, ਇਸੇ ਕਰਕੇ ਤਾਂ ਤੁਸੀਂ ਰਿਜੈਕਟ ਕੀਤਾ ਹੈ ਮਹਾਰਾਜ, ਜ਼ਰੂਰ ਮੇਰੇ ਤੋਂ ਕੋਈ ਗਲਤੀ ਹੋਈ ਹੈ। ਬਖਸ਼ ਹੋ ਖਤਾ ਅਬ ਆਪ ਅਬ ਮੋਰੀ। ਹਾਂ ਮਹਾਰਾਜ, ਮੇਰੀ ਖਤਾ, ਮੇਰੀ ਗਲਤੀ ਨੂੰ ਤੁਸੀਂ ਮੁਆਫ਼ ਕਰ ਦਿਓ ਹੁਣ। ਜਿਸ ਪ੍ਰਕਾਰ ਕੀ ਦੇਹ ਪਤਾ। ਹਾਂ ਮਹਾਰਾਜ, ਹੁਣ ਜਿਵੇਂ ਬਣਾਉਣੀ ਹੈ ਚੰਗੀ ਤਰ੍ਹਾਂ ਮੈਨੂੰ ਦੱਸ ਦਿਓ, ਹੁਣ ਚੰਗੀ ਤਰ੍ਹਾਂ ਇੱਕ ਵਾਰੀ ਮੈਨੂੰ ਸਮਝਾ ਦਿਓ ਹੁਣ। ਹਿਤ ਰਾਵਰ ਕੇ ਅਬੈ ਬਣਾਏ। ਹਾਂ, ਕਹਿਣਗੇ ਹਿਤ ਰਾਵ, ਮੈਂ ਆਪ ਜੀ ਵਾਸਤੇ ਜ਼ਰੂਰ ਇੱਕ ਵਧੀਆ ਹੁਣ ਇਹ ਤੋਂ ਵੀ ਸੋਹਣਾ ਥੜਾ ਬਣਾਵਾਂਗਾ, ਕੋਸ਼ਿਸ਼ ਕਰਾਂ ਮਹਾਰਾਜ, ਤੁਸੀਂ ਮਤ ਦੇ ਦਿਓ, ਤੁਸੀਂ ਮੇਰੀ ਮਦਦ ਕਰ ਦਿਓ ਇਹਦੇ ਵਿੱਚ, ਮੈਂ ਧੋਣੀ ਹੋਣਾ, ਤੁਸੀਂ ਕਰਾ ਲੈਣਾ। ਹੁਣ ਦੇਖੋ ਇੱਥੇ ਇਹ ਗੱਲ ਆਉਂਦੀ ਹੈ ਨਾ, ਜਦੋਂ ਵੀ ਆਪਾਂ ਅਰਦਾਸ ਕਰਦੇ ਹਾਂ ਨਾ, ਭਾਵੇਂ ਜਿਹੜਾ ਹਨ ਵਰਲਡ ਨੋਨ ਕਥਾਕਾਰ ਵੀ ਆ ਜਾਵੇ, ਵਰਲਡ ਨੋਨ ਕੀਰਤਨੀਆਂ ਆ ਜਾਵੇ, ਵਰਲਡ ਨੋਨ ਪਾਠੀ ਆ ਜਾਵੇ, ਜਦੋਂ ਕੋਈ ਵੀ ਆਪਾਂ ਐਸਾ ਪ੍ਰੋਗਰਾਮ ਕਰਦੇ ਹਾਂ, ਗੁਰਦੁਆਰੇ ਕਰੀਏ ਚਲੇ ਘਰੇ ਕਰੀਏ, ਆਪਾਂ ਰਾਸ ਦੀ ਅਰਦਾਸ ਵਿੱਚ ਕੀ ਕਰਦੇ ਹਾਂ ਵੀ ਪਾਠ ਕਰਦਿਆਂ, ਬਾਣੀ ਪੜ੍ਹਦਿਆਂ, ਵਿਚਾਰਦਿਆਂ, ਕੀਰਤਨ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ ਨਾ, ਆਪਾਂ ਕਹਿੰਦੇ ਅੱਗੇ ਨੂੰ ਸ਼ੁੱਧ ਸਪੱਸ਼ਟ ਬਾਣੀ ਪੜ੍ਹਨ ਦਾ ਬਲ ਬੁੱਧੀ ਬਖਸ਼ਿਸ਼ ਕਰਨੀ, ਆਪਾਂ ਹਮੇਸ਼ਾ ਮਾਫ਼ੀ ਮੰਗਦੇ ਹਾਂ ਵੀ ਜ਼ਰੂਰ ਕੋਈ ਗਲਤੀ ਹੋਈ ਹੋਵੇ, ਯੂ ਨੋ, ਬਟ ਡਿਊਰਿੰਗ ਦੈਟ ਟਾਈਮ ਯੂ ਨੋ, ਜਿਹੜਾ ਹਨ ਇਹ ਨਾ ਹੋਵੇ ਮਨ ਵਿੱਚ ਹੋਵੇ ਮੇਰੇ ਵਰਗਾ ਸ਼ੁੱਧ ਪਾਠ ਤਾਂ ਕੋਈ ਕਰ ਹੀ ਨਹੀਂ ਸਕਦਾ, ਆਪਾਂ ਕਹਿ ਦਿੰਦੇ ਹਾਂ ਕੋਈ ਨਹੀਂ ਵੀ ਗਲਤੀ ਹੋਈ ਤਾਂ ਮਾਫ਼ ਕਰ ਦਿਓ, ਪਰ ਮੈਨੂੰ ਨਹੀਂ ਲੱਗਦਾ ਕੋਈ ਹੋਈ ਆ। ਜੇ ਸਮਟਾਈਮਸ ਯੂ ਫੀਲ ਦੈਟ ਯੂ ਨੋ ਤੁਹਾਡਾ ਪਾਠ ਸਭ ਤੋਂ ਹੀ ਸ਼ੁੱਧ ਹੈ, ਹੈ ਤੁਹਾਡੇ ਵਰਗਾ ਕੋਈ ਕਰ ਹੀ ਨਹੀਂ ਸਕਦਾ, ਤਾਂ ਜੇ ਆਪਾਂ ਅਰਦਾਸ ਵੀ ਕਹਿ ਫੁੱਲ ਹੱਟ ਲੈਂਦੇ ਹਾਂ, ਆਪਾਂ ਕਰਦੇ ਨਾ ਦਿਲ 'ਚ ਸੋਚਦੇ ਹਾਂ ਮਾਈ ਪਾਠ ਇਜ਼ ਗੁੱਡ ਯੂ ਨੋ, ਬਸ
ਯਾਰ ਨਾ ਮਰਿਆਦਾ ਬੜੀ ਹੋਈ, ਮਾਫ਼ੀ ਮੰਗ ਲਓ ਕੀ ਜਾਂਦਾ ਹੈ ਨਾ। ਸੋ ਇਸ ਤਰ੍ਹਾਂ ਹੁੰਦਾ ਨਾ, ਪਰ ਅਸਲੀ ਜਿਹੜਾ ਕਰਨਾ ਨਾ ਇਹਦੇ ਵਿੱਚ ਹੋਰ ਗੱਲ ਹੈ। ਹੁਣ ਜਿਵੇਂ ਗੁਰੂ ਰਾਮਦਾਸ ਜੀ ਕਹਿੰਦੇ ਹੈ ਨਾ, ਮਹਾਰਾਜ ਮੈਨੂੰ ਮਾਫ਼ ਕਰ ਦਿਓ, ਮੈਨੂੰ ਨਹੀਂ ਹੋਇਆ, ਇਟਸ ਫਰੋਮ ਬੋਟਮ ਆਫ ਦਾ ਹਾਰਟ, ਇਟਸ ਨਥਿੰਗ ਲਾਈਕ ਦੈਟ ਯੂ ਨੋ। ਸੋ ਉਹ ਸੱਚੀ ਮੁੱਚੀ ਕਹਿ ਰਹੇ ਹਨ, ਸੋ ਸਤਿਗੁਰ ਨੇ ਕਰੀ ਲਕੀਰ। ਸੋ ਸਤਿਗੁਰ ਨੇ ਫੇਰ ਲਕੀਰ ਕੱਢਤੀ ਹੁਣ ਗੁਰੂ ਰਾਮਦਾਸ ਵਾਸਤੇ, ਕਹਿੰਦੇ ਵੀ ਇਸ ਤਰ੍ਹਾਂ ਬਣਾਉਣਾ ਹੈ, ਇਸ ਵਿੱਚ ਕਰੋ ਥਰੀ ਧਰਤੀ, ਕਹਿਣਗੇ ਧੀਰਜ ਧਰ ਕੇ ਹੌਲੀ ਹੌਲੀ ਪਿਆਰ ਨਾਲ ਸਾਡੇ ਵਾਸਤੇ ਇੱਕ ਹੋਰ ਹੁਣ ਥੜਾ ਬਣਾਇਓ, ਹੁਣ ਭਲਕੇ ਇਹ ਦੋਨੋਂ ਕੋ ਫੇਰ ਬਤਾਏ। ਓਕੇ, ਹੁਣ ਜਿਹੜਾ ਹਨ ਮਹਾਰਾਜ ਨੇ ਦੋਨਾਂ ਨੂੰ ਭਾਈ ਰਾਮਾ ਤੇ ਗੁਰੂ ਰਾਮਦਾਸ ਨੂੰ ਥੜੇ ਬਣਾਉਣ ਦੀ ਜਿਹੜੀ ਹਨ ਵਿਧੀ ਦੱਸ ਕੇ, ਮੰਦ ਮੰਦ ਕਮਲੇ ਹੌਲੀ ਹੌਲੀ ਤੁਰਦੇ ਹੋਏ ਗੁਰੂ ਅਮਰਦਾਸ ਜੀ ਵਾਪਸ ਆਪਣੇ ਮਹਿਲਾਂ ਨੂੰ ਚਲੇ ਗਏ। ਭਾਈ ਪ੍ਰਭਾਤ ਆਏ ਪੁਨ ਦੋ, ਹੁਣ ਕੀ ਹੋਇਆ ਜੋ ਸਵੇਰ ਹੋਈ ਭਾਈ ਰਾਮਾ ਤੇ ਗੁਰੂ ਰਾਮਦਾਸ ਜੀ ਫੇਰ ਆਏ ਥੜੇ ਬਣਾਉਣ ਵਾਸਤੇ, ਲਗੇ ਬਨਾਵਨ ਥਲ ਪਿਕਸੋ, ਉਹੀ ਥਾਂ ਜਿਹੜਾ ਗੁਰੂ ਰਾਮਦਾਸ ਗੁਰੂ ਅਮਰਦਾਸ ਜੀ ਨੇ ਮਾ ਕੀਤਾ ਉੱਥੇ ਆ ਕੇ ਥੜਾ ਬਣਾਉਣਾ ਸ਼ੁਰੂ ਕੀਤਾ। ਨਿੱਕੀ ਰੀਤ ਸੁਧਾਰਨ ਕਰੇ, ਹੁਣ ਚੰਗੀ ਤਰ੍ਹਾਂ ਹੁਣ ਐਕਸਟਰਾ ਕੇਅਰਫੁਲ ਹੋ ਕੇ ਦੋਨਾਂ ਨੇ ਹੁਣ ਬਣਾਉਣੇ ਸ਼ੁਰੂ ਕੀਤੇ। ਪੰਖ ਈਟਕਾ ਪੰਕਤ ਜਰੇ, ਹੁਣ ਦੇਖੋ ਜਿਹੜਾ ਪੰਖ ਹੈ, ਜਿਹੜਾ ਹੈ ਮੱਟ ਹੈ, ਕਲੇ ਹੈ, ਇੱਟਾਂ ਹੈ, ਉਹ ਸਾਰੀਆਂ ਚੰਗੀ ਤਰ੍ਹਾਂ ਅਰੇਂਜ ਕਰਕੇ ਬਣਾਉਣ ਲੱਗੇ। ਦਿਨ ਸਗਰੇ ਮੈਂ ਲਈ ਬਣਾਏ, ਹੁਣ ਸਾਰੇ ਦਿਨ ਵਿੱਚ ਦੋਵੇਂ ਥੜੇ ਬਣ ਗਏ। ਹੁਣ ਫੇਰ ਦੋਨੋਂ ਦਿਸ ਬੁੱਧ ਕਰ ਅਧਕਾਏ, ਹੁਣ ਦੋਨਾਂ ਨੇ ਪੂਰੇ ਬੁੱਧੀ ਦੇ ਨਾਲ ਪੂਰੇ ਜਿਹੜੇ ਹਨ ਕੰਸੈਂਟ੍ਰੇਸ਼ਨ ਨਾਲ ਇਹ ਥੜੇ ਬਣਾਏ। ਹੁਣ ਆਏ ਗੁਰ ਤੀਸਰ ਭਾਰੀ, ਹੁਣ ਤੀਜੀ ਵਾਰੀ ਗੁਰੂ ਅਮਰਦਾਸ ਜੀ ਇੰਸਪੈਕਸ਼ਨ ਨੂੰ ਆਏ ਜੀ। ਲੱਖ ਨਾ ਸਕਹਿ ਕੋ ਮਹਿਮਾ ਭਾਰੀ, ਜੇ ਗੁਰੂ ਅਮਰਦਾਸ ਜੀ ਦੀ ਮਹਿਮਾ ਨੂੰ ਕੌਣ ਜਾਣ ਸਕਦਾ ਹੈ। ਦੇਖੋ ਮਹਾਰਾਜ ਥੜਾ ਨਹੀਂ ਬਣਾ ਰਹੇ, ਮਹਾਰਾਜ ਤਾਂ ਬਣਾ ਰਹੇ ਸਨ ਉਹ ਤਖ਼ਤ ਤੇ ਜਿਹੜਾ ਹਨ ਬੈਠਣ ਵਾਲੇ ਨੂੰ। ਮਹਾਰਾਜ ਨੇ ਤਾਂ ਚਾਹੀਦਾ ਸੀ ਨਾ ਵੀ ਚੌਥਾ ਗੁਰੂ ਕੌਣ ਹੋਵੇਗਾ, ਮਹਾਰਾਜ ਥੋੜੋ ਥੋੜਾ ਬਣਾ ਰਹੇ ਨੇ, ਮਹਾਰਾਜ ਤਾਂ ਗੁਰਦੇਵਤੀ ਤੇ ਬਿਠਾਉਣ ਵਾਸਤੇ ਗੁਰੂ ਉਹ ਤਿਆਰ ਕਰ ਰਹੇ ਸਨ। ਔਰ ਗੰਭੀਰ ਧੀਰ ਕੇ ਧਰਤਾ, ਦੇਖੋ ਔਰ ਗੰਭੀਰ ਬੜੇ ਡੂੰਘੇ ਹਨ ਗੁਰੂ ਅਮਰਦਾਸ ਮਹਾਰਾਜ ਜੀ, ਧੀਰਜ ਬਹੁਤ ਜ਼ਿਆਦਾ ਫੋਰਟੀਟਿਊਡ ਉਹਨਾਂ ਦੇ ਵਿੱਚ ਹੈ, ਧੀਰਜ ਰੱਖਣ ਵਾਲੇ, ਹੌਂਸਲਾ ਰੱਖਣ ਵਾਲੇ ਗੁਰੂ ਅਮਰਦਾਸ ਜੀ। ਸਭ ਹਿੰਤੇ ਉੱਤਮ ਜਿਨ ਚਰਤਾ, ਦੇਖੋ ਜਿਨ੍ਹਾਂ ਦੀ ਚਰਤ ਜਿਨ੍ਹਾਂ ਦਾ ਕੈਰੇਕਟਰ ਸਭ ਤੋਂ ਉੱਤਮ ਹੈ। ਪ੍ਰਥਮ ਰਾਮੇ ਕੀ ਦਿਸ ਆਏ, ਹੁਣ ਸਭ ਤੋਂ ਪਹਿਲਾਂ ਭਾਈ ਰਾਮੇ ਜੀ ਕੋਲ ਆਏ, ਕਿਉਂਕਿ ਭਾਈ ਰਾਮਾ ਜੀ ਵੱਡੇ ਸਨ ਨਾ, ਉਹ ਜਿਹੜੇ ਹਨ ਜਿਹਨੇ ਵੱਡੇ ਜਵਾਈ ਸਨ ਘਰ ਦੇ, ਸੋ ਉਹਨਾਂ ਕੋਲ ਪਹਿਲਾਂ ਜਾਇਆ ਕਰਦੇ ਸਨ, ਸੋ ਭਾਈ ਰਾਮੇ ਕੋਲ ਪਹਿਲਾਂ ਆਏ। ਹੁਣ ਖਰੇ ਥਰੀ ਦਿਸ ਦ੍ਰਿਸ਼ਟ ਲਗਾਏ, ਹੁਣ ਗੁਰੂ ਅਮਰਦਾਸ ਜੀ ਨੇ ਚੰਗੀ ਤਰ੍ਹਾਂ ਉਹ ਥੜੇ ਨੂੰ ਦੇਖਿਆ, ਦੇਖ ਕੇ ਚੰਗੀ ਤਰ੍ਹਾਂ ਦੇਖ ਕੇ ਜਿਹੜਾ ਹਨ ਫੇਰ ਗੁਰੂ ਅਮਰਦਾਸ ਜੀ ਨੇ ਕੀ ਕਿਹਾ, ਕਹਿਓ ਬਾਕ ਭੋ ਰਾਮੇ ਦੋਹੇ, ਭੋ ਰਾਮਾ ਕਹਿੰਦੇ ਹੇ ਰਾਮੇ, ਹੇ ਰਾਮੇ ਤੈਨੂੰ ਕਰਿਓ ਨਹੀਂ ਜਿਮ ਭਾਖਿਓ ਮੋਹੇ, ਆ ਕੀ ਕੀਤਾ ਤੂੰ, ਤੂੰ ਉਹ ਨਹੀਂ ਬਣਾਈ ਜਿਹੜੇ ਤੈਨੂੰ ਕਿਹਾ ਸੀਗਾ, ਕੱਲ ਕਹਿ ਕੇ ਗਏ ਆ ਤੈਨੂੰ, ਤੀਸਰੀ ਵਾਰੀ ਹੋ ਗਿਆ ਤੈਨੂੰ, ਫੇਰ ਤੂੰ ਗਲਤ ਬਣਾਤੀ ਇਹ, ਤੈਨੂੰ ਉਹ ਨੇ ਤੂੰ ਬਣਾਈ ਜਿਵੇਂ ਤੈਨੂੰ ਕਿਹਾ ਸੀਗਾ, ਹਾਂਜੀ ਹੁਣ ਇਹ ਜਿਹੜਾ ਹਨ ਤੀਜੀ ਵਾਰੀ ਫੇਰ ਤੂੰ ਗਲਤ ਕਰਤਾ ਕੰਮ, ਮੈਂ ਪਸੰਦ ਇਹ ਆਏ ਹਮਾਰੇ, ਇਹ ਸਾਡੇ ਪਸੰਦ ਨਹੀਂ ਗਾ, ਇਹ ਜਿਹੜਾ ਹੈ ਮੈਨੂੰ ਇਹ ਪਸੰਦ ਨਹੀਂ ਆਇਆ, ਮੈਨੂੰ ਠੀਕ ਨਹੀਂ ਲੱਗਿਆ ਇਹ, ਜਿਮ ਚਾਹਤ ਤਿਮ ਨਹੀਂ ਸੁਧਾਰੇ, ਹਾਂ ਜਿਵੇਂ ਤੈਨੂੰ ਕਿਹਾ ਸੀ ਤੂੰ ਉਵੇਂ ਚੰਗੀ ਤਰ੍ਹਾਂ ਨਹੀਂ ਬਣਾਇਆ, ਤੈਨੂੰ ਦੱਸਿਆ ਸੀ ਤੂੰ ਬਣਾਇਆ ਨਹੀਂ ਚੰਗੀ ਤਰ੍ਹਾਂ, ਹੁਣ ਬਹੁਤ ਵਾਰ ਸਮਝਾਵਨ ਕਰਿਓ, ਤੈਨੂੰ ਇੰਨੀ ਵਾਰੀ ਸਮਝਾ ਦਿੱਤਾ ਤੈਨੂੰ ਸਮਝ ਨਹੀਂ ਆਉਂਦੀ, ਭਾਈ ਰਾਮੇ ਨੂੰ ਕਹਿੰਦੇ ਥਰੀ ਕਾਜ ਕਰਬੇ ਨਾ ਸਰਿਓ, ਹਾਂ ਕਹਿੰਦੇ ਕਿ ਥਰੀ ਕਾਜ, ਹਾਂਜੀ ਇਹ ਥੜੇ ਦਾ ਕਾਰਜ ਜਿਹੜਾ ਹੈ ਇਹ ਨਹੀਂ ਤੇਤੋਂ ਮੁੱਕਦਾ, ਤੈਨੂੰ ਕਿੰਨੀ ਵਾਰੀ ਦੱਸਣਾ ਪੈਣਾ, ਹਾਂਜੀ ਇੰਨਾ ਸੌਖਾ ਜਿਹਾ ਕੰਮ ਆ ਥੜਾ ਬਣਾਉਣਾ, ਉਹ ਨਹੀਂ ਤੇਤੋਂ ਬਣਦਾ ਚੰਗੀ ਤਰ੍ਹਾਂ, ਸੋ ਇਉਂ ਕਰਕੇ ਮਹਾਰਾਜ ਨੇ ਕਿਹਾ। ਹਾਂਜੀ ਸੋ ਇਹ ਸਾਰੀ ਗੱਲ ਜਿਹੜੀ ਹੈ ਮਹਾਰਾਜ ਨੇ ਕਹਿ ਦਿੱਤੀ ਸਿੱਧੀ। ਸੁਣ ਰਾਮਾ ਚਿਤਵਤ ਚਿਤਮਾਹੀ, ਹੁਣ ਭਾਈ ਰਾਮਾ ਜਿਹੜੇ ਸੀ ਨਾ ਮਨ 'ਚ ਸੋਚਣ ਲੱਗਿਆ, ਹੁਣ ਜਦੋਂ ਇਹ ਪੈ ਗਿਆ ਨਾ ਉਹਨੂੰ ਇੱਕ ਵਾਰੀ, ਸੋ ਭਾਈ ਰਾਮਾ ਹੁਣ ਸੋਚਣ ਲੱਗਿਆ, ਇਹ ਕਾਰਨ ਕਿਆ ਲਖੀਅਤ ਨਾਹੀ, ਕਹਿੰਦੇ ਕਿ ਇਹ ਵਜ੍ਹਾ ਕੀ ਆ, ਵਟਸ ਦਾ ਰੀਜ਼ਨ, ਕਿਉਂ ਕਿਉਂ ਗੁਰੂ ਅਮਰਦਾਸ ਮੇਰੇ ਪਿੱਛੇ ਪਏ ਹੋਏ ਨੇ। ਹੁਣ ਜਿਵੇਂ ਆਪਾਂ ਨੂੰ ਵੀ ਲੱਗਦਾ ਹੋਊਗਾ ਨਾ ਛੋਟੇ ਹੁੰਦਿਆਂ ਨੂੰ, ਜਦੋਂ ਪਿਓ ਕੁਛ ਕਹਿੰਦਾ ਨਾ ਕਰਨੇ ਨੂੰ, ਆਪਾਂ ਗਲਤ ਕਰ ਦਈਏ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ, ਫਿਰ ਪਿਓ ਕਲਾਸ ਵਾਰੀ ਕੀ ਕਰਦਾ ਕੁਛ ਪੇੜ ਫਾਮ,
ਫਿਰ ਸੋਝੀ ਆ ਜਾਂਦੀ ਹੈ ਥੋੜ੍ਹੀ ਜਿਹੀ ਨਾ। ਸੋ ਉਵੇਂ ਕਹਿੰਦੇ ਰਾਮਾ ਸੋਚਣ ਲੱਗਿਆ ਵੀ ਪ੍ਰੋਬਲਮ ਕੀ ਹੈ, ਮੈਨੂੰ ਨਹੀਂ ਲੱਗਦਾ ਵੀ ਪ੍ਰੋਬਲਮ ਥੜੇ ਦਾ, ਇਹ ਹੋਰ ਕੋਈ ਪ੍ਰੋਬਲਮ ਲੱਗਦਾ ਹੈ। ਕਰਤ ਵਿਚਾਰ ਸੋ ਨਿਸ਼ਚੈ ਠਾਨਾ, ਹੁਣ ਉਹਨੇ ਆਪਣੇ ਮਨ 'ਚ ਵਿਚਾਰ ਕਰਕੇ ਨਾ ਫੈਸਲਾ ਕਰ ਲਿਆ ਰਾਮੇ ਨੇ। ਹੁਣ ਇਨਕੋ ਬਹੁਤ ਸਰੀਰ ਬਰਦਾਨਾ, ਕਹਿੰਦੇ ਕਿ ਗੁਰੂ ਅਮਰ ਸੋਚਦਾ ਮਨ ਵਿੱਚ ਫੈਸਲਾ ਕਰ ਲਿਆ ਉਹਨੇ, ਕਹਿੰਦੇ ਗੁਰੂ ਅਮਰਦਾਸ ਬੁੱਢੇ ਹੋ ਗਏ ਆ, ਵੀ 100 ਸਾਲ ਦੀ ਉਮਰ ਹੋ ਗਈ ਇਹਨਾਂ ਦੀ, ਇਹ ਜਿਹੜੇ ਹਨ ਬੁੱਢੇ ਹੋ ਗਏ ਹੁਣ, ਕਈ ਆਰ ਬਾਲ ਬੀਤ ਬੜੇ ਨੇ, ਕਿਉਂਕਿ ਇਹਨਾਂ ਦੀ ਬਹੁਤ ਵੱਡੀ ਉਮਰ ਲੰਘ ਚੁੱਕੀ ਹੈ। ਇਹੋ ਨਾ ਯਾਦ ਰੱਖੇ ਇਸ ਬੇਰੀ, ਇਸ ਕਰਕੇ ਇਹਨਾਂ ਨੂੰ ਚੇਤੇ ਨਹੀਂ ਰਹਿੰਦਾ ਕੱਲ ਕੀ ਦੱਸ ਗਏ ਕਿ ਅੱਜ ਭੁੱਲ ਜਾਂਦੇ ਨੇ, ਇਸ ਕਰ ਜਿਵੇਂ ਐਜ਼ਮੀਆ ਹੁੰਦੀ ਨਾ ਬਿਮਾਰੀ, ਭਾਈ ਰਾਮਾ ਜੀ ਉਹ ਬਿਮਾਰੀ ਬਾਰੇ ਸੋਚ ਰਹੇ ਨੇ। ਸੋ ਕਹਿੰਦੇ ਵੀ ਜ਼ਰੂਰ ਮਹਾਰਾਜ ਨੂੰ ਇਹ ਬਿਮਾਰੀ ਜਿਹੜਾ ਹਨ ਬਿਮਾਰੀ ਹੋਣੀ ਆ ਜਾਂ ਬੁੱਢੇਪੇ ਕਰਕੇ ਇਹਨਾਂ ਨੂੰ ਯਾਦ ਨਹੀਂ ਰਹਿੰਦਾ ਕੱਲ ਕੀ ਕਹਿ ਕੇ ਗਏ, ਅੱਜ ਭੁੱਲ ਜਾਂਦੇ ਨੇ, ਫਿਰ ਉਹ ਗੱਲ ਕਹਿ ਦਿੰਦੇ ਨੇ ਵੀ ਜ਼ਰੂਰ ਇਹੋ ਜਿਹਾ ਕੋਈ ਪ੍ਰੋਬਲਮ ਹੈ। ਇਹ ਮਠੱਟ ਮਨ ਮਹਿਕੀਨ ਬਖਾ, ਉਹਨੇ ਜਿਹੜਾ ਹਨ ਇਹ ਮਨ ਵਿੱਚ ਪੱਕਾ ਕਰ ਲਿਆ ਵੀ ਮੈਂ ਠੀਕ ਹਾਂ, ਗੁਰੂ ਗਲਤ ਹੈ, ਉਹਨੇ ਇਹ ਗੱਲ ਦਾ ਫੈਸਲਾ ਕਰ ਹੀ ਲਿਆ ਰਾਮੇ ਨੇ ਅੱਜ। ਜਿਵੇਂ ਤੁਮਨੇ ਮੋਹ ਕਹੋ ਫਰਮਾਨ, ਹੁਣ ਦੇਖੋ ਭਾਈ ਰਾਮਾ ਜੀ ਬੋਲੇ ਗੁਰੂ ਅਮਰਦਾਸ ਜੀ ਨੂੰ, ਕਹਿੰਦੇ ਜਿਵੇਂ ਤੁਸੀਂ ਮੈਨੂੰ ਕਿਹਾ ਸੀ ਨਾ, ਜਿਵੇਂ ਤੁਸੀਂ ਮੈਨੂੰ ਸਮਝਾਇਆ ਸੀ, ਜੈਸੇ ਤੁਹਾਡੇ ਇੰਸਟਰਕਸ਼ਨ ਸਨ, ਕਰੀ ਤਥਾ ਮੈਂ ਬੁੱਧ ਬਾਲਾ, ਮੈਂ ਤਾਂ ਬੁੱਧੀ ਲਾ ਕੇ ਚੰਗੇ ਤਰ੍ਹਾਂ ਸੋਚ ਸਮਝ ਕੇ ਇਹ ਛੜਾ ਬਣਾਇਆ ਹੈ। ਕਹਿ ਕਰ ਆਛੇ ਸੁਧ ਬਣਵਾਏ, ਦੇਖੋ ਕਹਿ ਕਰ ਆਛੇ, ਤੂੰ ਕਿਹਾ ਸੀ ਨਾ ਚੰਗੀ ਤਰ੍ਹਾਂ ਬਣਾ, ਮੈਂ ਚੰਗੀ ਤਰ੍ਹਾਂ ਬਣਾਇਆ, ਇੰਨਾ ਸੋਹਣਾ ਥੜਾ ਬਣਾਇਆ। ਆਪ ਕਹੋ ਜਿਮ ਬਿਸਰਾ ਫੇਰ, ਹਾਂ ਕਹਿਣ ਕੇ ਹੁਣ ਤੁਸੀਂ ਕਹਿ ਕੇ ਭਲਕੇ ਫੇਰ ਤੁਸੀਂ ਭੁੱਲ ਜਾਣਾ, ਜਿਵੇਂ ਤੁਸੀਂ ਕੱਲ ਕਹਿ ਕੇ ਅੱਜ ਭੁੱਲ ਗਏ ਹੋ, ਤੁਸੀਂ ਭੁੱਲ ਜਾਣਾ ਭਲਕੇ ਫੇਰ। ਇਸ ਮੈਂ ਦੋਸਤ, ਇਹਦੇ ਵਿੱਚ ਮੇਰੀ ਕੀ ਗਲਤੀ ਆ ਜੇ ਤੁਸੀਂ ਭੁੱਲਦੇ ਹੋ? ਗੁਰੂ ਅਮਰਦਾਸ ਨੂੰ ਇਸ ਤਰ੍ਹਾਂ ਕਹਿਤਾ ਭਾਈ ਰਾਮਾ ਜੀ ਨੇ, ਕਹਿੰਦੇ ਜੇ ਤੁਸੀਂ ਭੁੱਲ ਜਾਂਦੇ ਹੋ ਤਾਂ ਇਹਦੇ ਵਿੱਚ ਮੇਰੀ ਕੀ ਗਲਤੀ ਹੈ, ਮੈਂ ਤਾਂ ਥੜਾ ਸੋਹਣਾ ਬਣਾ ਲਿਆ। ਹੁਣ ਸੁਣ ਸਤਿਗੁਰੂ ਤੂੰ ਸਨਠਾਨੀ, ਮਹਾਰਾਜ ਗੁਰੂ ਅਮਰਦਾਸ ਨੇ ਕੁਛ ਨਹੀਂ ਕਿਹਾ, ਮਹਾਰਾਜ ਜੀ ਚੁੱਪ ਕਰਕੇ ਮਹਾਰਾਜ ਜੀ ਤੁਰ ਪਏ। ਅਤ ਗੰਭੀਰ ਧੀਰ ਗੁਣ ਖਾਨੀ, ਦੇਖੋ ਅਤ ਗੰਭੀਰ ਆ ਨਾ, ਕਿਉਂਕਿ ਮਹਾਰਾਜ ਦਾ ਅਤ ਦੇ ਜਿਹੜੇ ਗੰਭੀਰ ਹਨ, ਮਹਾਰਾਜ ਦੀ ਮਤ ਬਹੁਤ ਡੂੰਘੀ ਹੈ। ਕਹਿਣਗੇ ਧੀਰ, ਮਹਾਰਾਜ ਧੀਰ ਚ ਬਹੁਤ ਜ਼ਿਆਦਾ ਹੈ, ਮਹਾਰਾਜ ਗੁਣਾਂ ਦੀ ਖਾਨ ਟ੍ਰੈਸ਼ਰ ਹਨ, ਆਲ ਵਰਚੂਜ਼ ਦੇ, ਮਹਾਰਾਜ ਨੂੰ ਕਹਿਣ ਦੀ ਲੋੜ ਹੀ ਨਹੀਂ ਪਈ, ਮਹਾਰਾਜ ਤੁਰ ਪਏ ਚੁੱਪ ਕਰਕੇ। ਹੁਣ ਸ੍ਰੀ ਰਾਮਦਾਸ ਟਿਕ ਗਏ, ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਕੋਲ ਆਏ, ਜਿੱਥੇ ਗੁਰੂ ਰਾਮਦਾਸ ਜੀ ਨੇ ਬਣਾਇਆ ਸੀ। ਫੇਰ ਥੜੀ ਕੋ ਬੋਲਤ ਭਏ, ਹੁਣ ਗੁਰੂ ਰਾਮਦਾਸ ਜੀ ਥੜੀ ਨੂੰ ਦੇਖ ਕੇ ਗੁਰੂ ਅਮਰਦਾਸ ਜੀ ਨੇ ਕਿਹਾ, ਇਉਂ ਤੈ ਨੀਕੀ ਨਹੀਂ ਬਣਾਈ, ਹੱਥ ਸਿਰ ਹਿਲਾ ਕੇ ਨਾ ਮਹਾਰਾਜ ਕਹਿੰਦੇ ਨਾ ਤੂੰ ਵੀ ਚੰਗੀ ਨਹੀਂ ਬਣਾਈ, ਆ ਥੜੀ ਤੇਰੀ ਵੀ ਚੰਗੀ ਨਹੀਂ ਬਣੀ। ਕਈ ਵਾਰ ਬਹੁ ਮਤ ਨਾ ਆਈ, ਤੇ ਅੰਨੀ ਵਾਰੀ ਤੈਨੂੰ ਦੱਸਿਆ, ਅੰਨੀ ਵਾਰੀ ਸਮਝਾਇਆ, ਤੈਨੂੰ ਹਜੇ ਨਹੀਂ ਸਮਝ ਆਉਂਦੀ, ਹਜੇ ਨਹੀਂ ਤੇਰੀ ਮਤ ਵਿੱਚ ਪੈਂਦਾ ਵੀ ਕਿਵੇਂ ਥੜੀ ਬਣਾਉਣੀ ਹੈ। ਜਿਮ ਕਹਿ ਗਏ ਬਣੀ ਤਿਮ ਨਾਹੀ, ਹਾਂ ਕਹਿਣਗੇ ਜਿਵੇਂ ਮੈਂ ਕਹਿ ਕੇ ਗਿਆ ਸੀ ਗੁਰੂ ਅਮਰਦਾਸ ਜੀ, ਕਹਿੰਦੇ ਜਿਵੇਂ ਤੈਨੂੰ ਕਿਹਾ ਸੀ ਉਵੇਂ ਨਹੀਂ ਤੂੰ ਬਣਾਈ, ਉਸ ਤਰ੍ਹਾਂ ਦੀ ਨਹੀਂ ਬਣੀ ਇਹ। ਸੰਬਾਦ ਕਿਨਸ ਇਸ ਮਾਹੀ, ਦੇਖੋ ਫੇਰ ਇੱਕ ਵਾਰੀ ਇੱਕ ਦਿਨ ਹੋਰ ਤੇਰੀ ਮਿਹਨਤ ਗਈ, ਆਲ ਵੇਸਟਡ, ਐਫਰਟ ਇਸ ਆਲ ਵੇਸਟਡ, ਇਹ ਥੜੀ ਬਣੀ ਨਹੀਂ ਜੈਸੀ ਬਣੀ ਚਾਹੀਦੀ ਹੈ। ਸੁਣ ਬਾਕ ਮੰਦ ਨਿਜ ਜਾਣੇ ਹੋ, ਦੇਖੋ ਇਉਂ ਕਰਕੇ ਜਿਹੜਾ ਹੈ ਉਸ ਵੇਲੇ ਜਦੋਂ ਮਹਾਰਾਜ ਦੇ ਇਹੋ ਜਿਹੇ ਬਚਨ ਸੁਣੇ ਨਾ ਗੁਰੂ ਰਾਮਦਾਸ ਜੀ ਨੇ, ਮਹਾਰਾਜ ਨੇ ਨਾ ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਸੁਣ ਕੇ ਨਾ ਉਹ ਜਿਹੜੇ ਹਨ ਮਨ ਦੇ ਵਿੱਚ ਨਾ ਉਹਨਾਂ ਦੇ ਮਨ 'ਚ ਭੈ ਆਇਆ ਵੀ ਮਹਾਰਾਜ ਨੇ ਦੇਖੋ ਅੱਜ ਮਹਾਰਾਜ ਨੂੰ ਮੈਂ ਫਿਰ ਅੱਜ ਖੇਚਲ ਦਿੱਤੀ, ਮਹਾਰਾਜ ਨੇ ਫਿਰ ਮੈਨੂੰ ਆ ਕੇ ਮੇਰੀ ਗਲਤੀ ਦਾ ਅਹਿਸਾਸ ਕਰਾਉਣਾ ਪਿਆ। ਅਤੇ ਕਹਿੰਦੇ ਇਹ ਸੁਣ ਕੇ ਨਾ ਉਹਨਾਂ ਦਾ ਮਨ ਬਹੁਤ ਖਰਾਬ ਹੋਇਆ, ਗੁਰੂ ਰਾਮਦਾਸ ਵੀ ਮੇਰੇ ਤੋਂ ਫਿਰ ਗਲਤੀ ਹੋ ਗਈ। ਉਸੇ ਵੇਲੇ ਗੁਰੂ ਰਾਮਦਾਸ ਜੀ ਨੇ ਟਹਿਕ ਨਾ ਗੁਰੂ ਅਮਰਦਾਸ ਜੀ ਦੇ ਚਰਨ ਪਕੜ ਲਏ, ਚਰਨ ਪਕੜ ਕੇ ਜ਼ੋਰ ਦੀ ਜਿਹੜਾ ਪਕੜੇ ਅਤੇ ਰੋਣ ਲੱਗ ਪਏ ਗੁਰੂ ਰਾਮਦਾਸ ਜੀ, ਕਹਿੰਦੇ ਪਾਤਸ਼ਾਹ ਮੇਰੇ ਤੋਂ ਗਲਤੀ ਹੋ ਗਈ, ਮੈਂ ਮੁੜ ਮੁੜ ਕੇ ਗਲਤੀਆਂ ਕਰਦਾ ਹਾਂ। ਦੇਖੋ ਫਿਰ ਬੇਨਤੀ ਕੀਤੀ ਗੁਰੂ ਰਾਮਦਾਸ ਜੀ ਨੇ, ਕਹਿੰਦੇ ਹੋ ਅਜਾਨ, ਮੈਂ ਜਾਣਦਾ ਨਹੀਂ, ਮੈਂ ਅਜਾਣ ਹਾਂ, ਮੈਂ ਇਗਨਰੈਂਟ ਹਾਂ, ਨਿਤ ਭੁੱਲਣ ਹਾਰਾ, ਮੈਂ ਹਰ ਰੋਜ਼ ਹੀ ਭੁੱਲਦਾ ਹਾਂ। ਤੁਮ ਕਿਰਪਾਲ ਨਿਜ ਬਿਰਤ ਸੰਭਾਲੋ, ਦੇਖੋ ਤੁਮ ਕਿਰਪਾ, ਤੁਸੀਂ ਕਿਰਪਾ ਦੇ ਘਰ ਹੋ, ਆਪਣਾ ਬਿਰਧ ਤੁਹਾਡੀ ਮਰਿਆਦਾ ਤੁਹਾਡਾ ਸੁਭਾਅ ਤੁਸੀਂ ਸੰਭਾਲੋ, ਮੈਂ ਤਾਂ ਰੋਜ਼ ਰੋਜ਼ ਗਲਤੀਆਂ ਹੀ ਕਰ ਰਿਹਾ ਹਾਂ।
ਪਰ ਤੁਸੀਂ ਤਾਂ ਮੈਨੂੰ ਬਖਸ਼ਣ ਵਾਲੇ ਹੋ ਨਾ, ਪਾਤਸ਼ਾਹ ਜੀ ਮੇਰੇ 'ਤੇ ਕਿਰਪਾ ਕਰਦੇ ਰਹੋ। ਹੁਣ ਦੇਖੋ ਬੱਚੇ ਨੂੰ ਗਲਤੀਆਂ ਕਰਨ ਵਿੱਚ ਉਹਨੂੰ ਕੋਈ ਜਿਹੜਾ ਹੈ ਇਤਰਾਜ਼ ਨਹੀਂ ਹੁੰਦਾ, ਕਿਉਂਕਿ ਉਹਨੂੰ ਪਤਾ ਮੇਰੇ ਮਾਪਿਆਂ ਨੇ ਮੈਨੂੰ ਮਾਫ਼ ਕਰ ਦੇਣਾ। ਕਹਿੰਦੇ ਇਸੇ ਤਰ੍ਹਾਂ ਹੀ ਹੇ ਸਤਿਗੁਰੂ ਜੀ ਮੈਂ ਰੋਜ਼ ਭੁੱਲਦਾ ਹਾਂ, ਤੁਹਾਨੂੰ ਰੋਜ਼ ਮੈਨੂੰ ਬਖਸ਼ਣਾ ਪੈਣਾ ਹੈ। ਬਾਰ ਬਾਰ ਬਖਸ਼ਿਤ ਹੋ ਮੋਹੀ, ਮਹਾਰਾਜ ਬਾਰ ਬਾਰ ਤੁਹਾਨੂੰ ਮੈਨੂੰ ਬਖਸ਼ਣਾ ਪੈਂਦਾ ਹੈ ਮੇਰੀਆਂ ਗਲਤੀਆਂ ਕਰਕੇ। ਅਪਰਾਧੀ ਅਰ ਮੂਰਖ ਹੋ, ਮਹਾਰਾਜ ਦੇਖੋ ਮੈਂ ਅਪਰਾਧੀ ਹਾਂ, ਤੁਹਾਡੇ ਕਹੇ ਹੋਏ ਬੱਚੇ ਨੂੰ ਮੈਂ ਕਮਾ ਨਹੀਂ ਸਕਦਾ, ਇਸ ਕਰਕੇ ਮੈਂ ਅਪਰਾਧੀ ਹੋ ਗਿਆ। ਫਿਰ ਪਾਤਸ਼ਾਹ ਜੀ ਕਹਿੰਦੇ ਮੈਂ ਮੂਰਖ ਹਾਂ ਜਿਹੜੀ ਤੁਹਾਡੀ ਗੱਲ ਨਹੀਂ ਸਮਝ ਸਕਦਾ, ਇੰਨੀ ਕਲੀਅਰਲੀ ਸਿੰਪਲ ਸ਼ਬਦਾਂ ਵਿੱਚ ਵੀ ਮੈਂ ਗੱਲ ਤੁਹਾਡੀ ਸਮਝ ਨਹੀਂ ਸਕਿਆ, ਮੈਂ ਮੂਰਖ ਹਾਂ, ਆਈ ਐਮ ਸਟੂਪਿਡ, ਆਈ ਐਮ ਅ ਫੂਲ। ਮਹਾਰਾਜ ਜੀ ਕਹਿੰਦੇ ਜੇ ਤੱਕ ਸੁਮਤ ਦੇ ਸੋ ਨਾ ਜਾਣਾ, ਮਹਾਰਾਜ ਜੇ ਤੱਕ ਜਿੰਨੀ ਕੁ ਤੁਸੀਂ ਸੁਮਤ ਦਿਓਗੇ ਪਾਤਸ਼ਾਹ ਉੰਨੀ ਕੁ ਮੈਨੂੰ ਮਿਲਦੀ ਆ, ਮੇਰੇ ਆਪਦੇ ਕੋਲ ਕੁਝ ਨਹੀਂ ਹੈਗਾ ਪਾਤਸ਼ਾਹ ਜੀ, ਸੋ ਯੂ ਹੈਵ ਟੂ ਗਿਵ ਮੀ ਐਵਰੀਥਿੰਗ, ਤੁਸੀਂ ਮੈਨੂੰ ਸਭ ਕੁਝ ਦਿਓ ਤਾਂ ਮੈਨੂੰ ਮਤੀ ਆਉਣੀ ਆ, ਮੇਰੇ ਕੋਲ ਕੁਝ ਨਹੀਂ ਹੈਗਾ। ਜੇ ਤੁਸੀਂ ਐਕਸਪੈਕਟ ਕਰਦੇ ਨਾ ਵੀ ਮੈਂ ਤੁਹਾਨੂੰ ਏ ਬੀ ਸੀ ਸਿਖਾ ਦੇਵਾਂ ਅਤੇ ਬਾਕੀ ਬੋਲ ਜਿਹੜਾ ਮੈਂ ਆਪੇ ਲਿਖ ਲਵਾਂਗਾ, ਨਹੀਂ ਲਿਖਣਾ ਪਾਤਸ਼ਾਹ ਜੀ, ਤੁਹਾਨੂੰ ਮੈਨੂੰ ਸਾਰੀ ਏ ਬੀ ਸੀ ਸਮਝਾਉਣੀ ਪੈਣੀ ਆ, ਇੱਕ ਇੱਕ ਗੱਲ ਤੁਹਾਨੂੰ ਮੈਨੂੰ ਦੱਸਣੀ ਪਵੇਗੀ। ਬਿਨਾਂ ਦੀਆ ਕਿਆ ਬੱਪਰਾ ਮਾਨਾ, ਦੇਖੋ ਕਹਿੰਦੇ ਬਿਨਾਂ ਤੁਹਾਡੇ ਦੱਸਿਆ ਬਿਨਾਂ ਤੁਹਾਡੀ ਕਿਰਪਾ ਕੀਤੀਆਂ ਇਹ ਵਿਚਾਰਾ ਮਨੁੱਖ ਕੀ ਚੀਜ਼ ਹੈ, ਆਈ ਐਮ ਨਥਿੰਗ, ਆਈ ਕੈਨ ਡੂ ਨਥਿੰਗ। ਹਾਂਜੀ ਬਰਾਬਰ ਕਰਨਾ ਕਰੋ ਬਤਾ ਮਹਾਰਾਜ, ਅੱਜ ਕਿਰਪਾ ਕਰਕੇ ਪਾਤਸ਼ਾਹ ਮੈਨੂੰ ਦੱਸੋ ਹੁਣ ਮੈਂ ਕਿਵੇਂ ਬਣਾਵਾਂ, ਫਿਰ ਇੱਕ ਵਾਰੀ ਸਮਝਾ ਦਿਓ, ਇੱਕ ਚਾਂਸ ਹੋਰ ਦੇ ਦਿਓ। ਨਿੱਕੀ ਰੀਤ ਭਾਗ ਸਮਝਾ ਮਹਾਰਾਜ, ਮੈਂ ਨਿੱਕੀ ਰੀਤ ਚੰਗੀ ਰੀਤੀ ਨਾਲ ਐਤਕੀ ਬਣਾਵਾਂਗਾ, ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਬੱਚਨਾਂ ਨੂੰ ਮੈਂ ਕਮਾ ਲਵਾਂ। ਮੈਂ ਮਤਮੰਦ ਅਭਾਗ ਵਿਚਾਰ, ਮਹਾਰਾਜ ਮੈਂ ਮਤਮੰਦ ਹਾਂ, ਮੈਂ ਭੇੜੀ ਮਤ ਵਾਲਾ ਹਾਂ, ਅਭਾਗਾ ਹਾਂ, ਜਿਹੜਾ ਪੂਰਾ ਗੁਰੂ ਵੀ ਸਾਹਮਣੇ ਹੋਵੇ ਮੈਂ ਉਹਦੀ ਵੀ ਗੱਲ ਨਹੀਂ ਸਮਝ ਸਕਦਾ, ਜਿਹੜਾ ਗੁਰੂ ਬੋਲਦਾ ਹੈ ਮੇਰੇ ਨਾਲ ਮੈਂ ਉਹਦੀ ਵੀ ਗੱਲ ਨਾ ਸਮਝ ਸਕਿਆ, ਮੇਰਾ ਪਰਮਾਤਮਾ ਮੂਹਰੇ ਖੜਾ ਹੋਵੇ ਮੈਂ ਫਿਰ ਵੀ ਗਲਤੀਆਂ ਕਰਾਂ, ਕਹਿੰਦੇ ਮੇਰੇ ਅਭਾਗ ਹਨ, ਮੇਰੇ ਭੈੜੇ ਭਾਗ ਹਨ, ਮੇਰੇ ਭੈੜੇ ਕਰਮ ਹਨ। ਸੋ ਇਸ ਕਰਕੇ ਜਿਹੜਾ ਹਨ ਮਹਾਰਾਜ ਕਹਿੰਦੇ, ਮਹਾਰਾਜ ਨੂੰ ਕਹਿੰਦੇ ਜੇ ਮਹਾਰਾਜ ਕਿਰਪਾ ਕਰਕੇ ਹੁਣ ਮੈਨੂੰ ਇੱਕ ਵਾਰੀ ਹੋਰ ਚਾਂਸ ਦਿਓ, ਸਮਝਾ ਦਿਓ ਮੈਨੂੰ। ਜਾਣ ਸਕਿਓ ਨਾ ਕਹਿਓ ਤੁਮਾਰਾ, ਕਿਉਂਕਿ ਮੇਰੇ ਤਾਂ ਸਮਝ ਨਹੀਂ ਆਉਂਦਾ ਤੁਸੀਂ ਕੀ ਕਹਿੰਦੇ ਹੋ। ਪਾਤਸ਼ਾਹ ਜੀ ਤੁਸੀਂ ਤਾਂ ਬਹੁਤ ਵੱਡੇ ਹੋ, ਤੁਹਾਡੀਆਂ ਗੱਲਾਂ ਮੇਰੇ ਸਮਝ ਕਿਵੇਂ ਆ ਸਕਦੀਆਂ ਹਨ, ਪਾਤਸ਼ਾਹ ਕਿਰਪਾ ਕਰ ਦਿਓ ਮੈਨੂੰ ਸਮਝਾ ਦਿਓ, ਹੋਰ ਇੱਕ ਵਾਰੀ ਮੇਰੇ ਤੇ ਕਿਰਪਾ ਕਰ ਦਿਓ। ਦੇਖੋ ਇਹ ਕਹਿ ਕਰਕੇ ਨਾ ਗੁਰੂ ਰਾਮਦਾਸ ਨੇ ਆਪਣੀ ਗੱਲ ਵਿੱਚ ਪੱਲਾ ਪਾ ਲਿਆ, ਪੱਲਾ ਪਾ ਕੇ ਹੱਥ ਜੋੜ ਕੇ ਨੀਵੀਂ ਗਰਦਨ ਖੜ ਕੇ ਗੁਰੂ ਅਮਰਦਾਸ ਜੀ ਕੋਲ ਬੈਠ ਖੜੇ ਹਨ। ਛਿਮੋ ਪ੍ਰਭੂ ਅਪਰਾਧ ਹਮਾਰਾ, ਫਿਰ ਮੁੜ ਮੁੜ ਕੇ ਮਾਫੀਆਂ ਮੰਗਦੇ ਆ, ਕਹਿੰਦੇ ਮੁਆਫ਼ ਕਰ ਦਿਓ ਛਿਮੋ ਪ੍ਰਭੂ, ਮੈਨੂੰ ਮੁਆਫ਼ ਕਰ ਦਿਓ, ਮੇਰੀ ਇਹ ਗਲਤੀ ਦੀ ਮੈਨੂੰ ਮੁਆਫ਼ੀ ਦੇ ਦਿਓ। ਪਾਤਸ਼ਾਹ ਜੀ ਮੈਂ ਭੁੱਲਣਹਾਰ ਹਾਂ, ਮੈਂ ਗਲਤੀਆਂ ਕਰਦਾ ਹਾਂ। ਸਿੱਖ ਸਮੀਪ ਸਭ ਹੀ ਸੁਣ ਕਰ, ਹੁਣ ਸਿੱਖ ਵੀ ਬਹੁਤ ਸਾਰੇ ਉੱਥੇ ਖੜੇ ਸਨ, ਸਾਰਿਆਂ ਨੇ ਇਹ ਸੁਣਿਆ। ਦੇਖੋ ਗੁਰੂ ਰਾਮਦਾਸ ਜੀ ਕਿੰਨੇ ਨਿਮਰਤਾ ਵਿੱਚ ਹਨ, ਕਿੰਨੇ ਪਿਆਰ ਵਿੱਚ ਬੋਲ ਰਹੇ ਹਨ। ਪਰਖੇ ਸਿੱਖੀ ਰੀਤ ਵਿਚਾਰ, ਦੇਖੋ ਬਹੁਤ ਖੁਸ਼ ਹੋਏ ਦੇਖ ਕੇ ਕਿ ਇਹ ਸਿੱਖੀ ਦੀ ਰੀਤ ਹੈ। ਦੇਖੋ ਕਿੰਨੀ ਗਰੀਬੀ ਆ ਉਹਨਾਂ ਦੇ ਮਨ ਦੇ ਵਿੱਚ, ਉਹਨਾਂ ਦੇ ਹੰਕਾਰ ਨਹੀਂ ਭੋੜਾ ਵੀ ਹੈਗਾ, ਅਤੇ ਇਹ ਵੀ ਨਹੀਂ ਦੇਖਿਆ ਵੀ ਮੈਂ ਮਿਹਨਤ ਕੀਤੀ ਹੈ, ਇਹਨੂੰ ਸਾਰਾ ਦਿਨ ਤੀਜਾ ਦਿਨ ਹੈ ਵੀ ਇੰਨਾ ਕੁਛ ਕਰਕੇ ਫਿਰ ਵੀ ਇੰਨੀ ਨਿਮਰਤਾ ਹੈ। ਪਰਮ ਪ੍ਰਸੰਨ ਭਏ ਗੁਰਪੂਰੇ, ਦੇਖੋ ਇਹ ਸੁਣ ਕੇ ਨਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਹੁਤ ਖੁਸ਼ ਹੋਏ, ਮਹਾਰਾਜ ਜੀ ਪ੍ਰਸੰਨ ਹੋ ਗਏ ਗੁਰੂ ਰਾਮਦਾਸ ਜੀ ਦੇ ਉੱਤੇ। ਗੁਰਤਾ ਉਚਿਤ ਲਖੇ ਗੁਣ ਰੂਰੇ, ਮਹਾਰਾਜ ਨੇ ਜਾਣ ਲਿਆ ਵੀ ਇਹਨਾਂ ਵਿੱਚ ਗੁਣ ਹਨ ਗੁਰੂ ਬਣਨ ਦੇ, ਇਹਨਾਂ ਨੂੰ ਜਿਹੜਾ ਹੈ ਗੁਰਤਾ ਗੱਦੀ ਤੇ ਬਿਠਾਉਂਦੇ, ਇਹਨਾਂ ਵਿੱਚ ਗੁਣ ਹਨ ਚੰਗੇ ਸੋਹਣੇ। ਸਭਨ ਸੁਨਾਵਨ ਬਾਕ ਅਲਾ, ਉਸ ਵੇਲੇ ਗੁਰੂ ਅਮਰਦਾਸ ਜੀ ਨੇ ਇਹ ਬਚਨ ਕੀਤੇ, ਇਸ ਕੀ ਸੇਵਾ ਸਮੂਹ ਮਨ ਪਾਵੇ। ਦੇਖੋ ਇਹ ਗੱਲ ਹੈ, ਗੁਰੂ ਅਮਰਦਾਸ ਜੀ ਕਹਿੰਦੇ ਇਹਦੀ ਸੇਵਾ ਕੀਤੀ ਹੋਈ ਮੈਨੂੰ ਭਾਗੀ, ਮੈਨੂੰ ਚੰਗੀ ਲੱਗਦੀ ਹੈ। ਮਹਾਰਾਜ ਕਹਿੰਦੇ ਮੈਨੂੰ ਚੰਗੀ ਲੱਗਦੀ ਹੈ ਇਹਦੀ ਸੇਵਾ ਕੀਤੀ ਜਿਹੜੀ ਹੈ ਸਫਲ ਹੋ ਗਈ, ਸਾ ਸੇਵਾ ਕੀਤੀ ਸਫਲ ਹੈ, ਜਿੱਤ ਸਤਿਗੁਰ ਕਾ ਮਨ ਮੰਨੇ, ਉਹ ਗੱਲ ਹੋ ਗਈ ਗੁਰੂ ਦਾ ਮਨ ਮੰਨ ਗਿਆ, ਉਹਦੀ ਸੇਵਾ ਦੇ ਕੇ ਮਹਾਰਾਜ ਟੁੱਟ ਗਏ। ਹੁਣ ਆਪਾ ਕਬੂ ਨਾ ਕਰਿਆ ਜਨਾ, ਦੇਖੋ ਕੀ ਗੱਲ ਹੈ, ਗੁਰੂ ਅਮਰਦਾਸ ਜੀ ਕਹਿੰਦੇ ਇਹਨੇ ਕਿਤੇ ਵੀ ਆਪਾ ਪਣ ਨਹੀਂ ਜਨਾਇਆ, ਇਹਨੇ ਕਿਤੇ ਨਹੀਂ ਕਿਹਾ ਮੈਂ ਬਣਾਇਆ, ਮੈਂ ਬਣਾਇਆ, ਮੈਂ ਬਣਾਇਆ, ਮੈਂ ਚੰਗਾ ਬਣਾਇਆ, ਕਿਤੇ ਨਹੀਂ ਐਸਾ ਕਿਹਾ।
ਹਮੇਸ਼ਾ ਨਿਮਰਤਾ ਵਿੱਚ ਰਹੇ ਹਨ। ਨਿਸ ਦਿਨ ਪ੍ਰੇਮ ਭਗਤ ਮਹਿ ਪਾਵੈ, ਦੇਖੋ ਨਿਸ ਦਿਨ ਰਾਤ ਦਿਨ ਪ੍ਰੇਮਾ ਭਗਤੀ ਵਿੱਚ ਰਹਿਣ ਵਾਲੇ ਹਨ ਗੁਰੂ ਅਮਰਦਾਸ ਜੀ। ਸੁਣ ਸਭ ਸਿੱਖਨ ਸੰਸੈ ਖੋਵਾ, ਦੇਖੋ ਇਹ ਸੁਣ ਕੇ ਨਾ ਸਾਰੇ ਜਿਹੜਾ ਸਿੱਖਾਂ ਦਾ ਸੰਸਾ ਜਿਹੜਾ ਡਾਊਟ ਨਾਲ ਦੂਰ ਹੋ ਗਿਆ, ਉਹਨੂੰ ਪਤਾ ਲੱਗ ਗਿਆ ਵੀ ਅਗਲਾ ਗੁਰੂ ਚੌਥਾ ਗੁਰੂ ਕੌਣ ਹੋਵੇਗਾ। ਗੁਰਤਾ ਉਚਿਤ ਭਲੇ ਇਹ ਜੋਵਾ, ਦੇਖੋ ਕਹਿੰਦੇ ਉਹਨਾਂ ਨੇ ਜਾਣ ਲਿਆ ਗੁਰੂ ਰਾਮਦਾਸ ਹੀ ਹਨ ਜਿਹੜੇ ਲਾਇਕ ਹਨ ਚੌਥੇ ਗੁਰੂ ਦੇ। ਵਾਕਨ ਤੇ ਪਛਾਣ ਕਰ ਲਈ, ਉਹਨਾਂ ਨੇ ਮਹਾਰਾਜ ਦੇ ਬਚਨਾਂ ਤੋਂ ਪਛਾਣ ਲਿਆ ਹੁਣ। ਆਪਾ ਜੁੱਤ ਆਪਾ ਹੀ ਨੇ, ਦੇਖੋ ਜਿਹੜੇ ਹਨ ਆਪਾ ਜੁੱਤ ਭਾਈ ਰਾਮਾ ਜੀ ਹੰਕਾਰ ਵਿੱਚ ਨੇ, ਉਹ ਨੇਮ ਕਰਦੇ ਨੇ ਗੁਰੂ ਕਾ ਕਿਹਾ ਕਮਾਉਂਦੇ ਨੇ ਦੱਸਦੇ ਨੇ ਪਰ ਨੇਮ ਵਿੱਚ ਰਹਿੰਦੇ ਨੇ ਵੀ ਜਿੰਨਾ ਕੁ ਕਿਹਾ ਉਨਾ ਕੁ ਕਰਨਾ ਵੱਧ ਨਹੀਂ ਕਰਨਾ। ਗੁਰੂ ਰਾਮਦਾਸ ਜੀ ਨੂੰ ਭਾਵੇਂ ਤਿੰਨ ਵਾਰੀ ਚਾਰ ਵਾਰੀ ਵੀ ਥੜਾ ਬਣਾ ਲਓ, 30 ਵਾਰੀ ਵੀ ਬਣਾ ਲਓ, ਉਹਨਾਂ ਨੇ ਫਿਰ ਵੀ ਬਣਾਈ ਜਾਣਾ ਹੈ। ਦੈਟ ਇਸ ਪ੍ਰੇਮ। ਹਾਂਜੀ, ਸਤਿਗੁਰ ਨਿਜ ਸਥਾਨ ਕਹੋ ਆਏ, ਸੋ ਗੁਰੂ ਅਮਰਦਾਸ ਜੀ ਵਾਪਸ ਆਪਣੇ ਮਹਿਲਾਂ ਵਿੱਚ ਆਪਣੇ ਘਰ ਆ ਗਏ। ਸਿੱਖ ਸੰਗ ਜੇ ਤਿਨਹੁ ਸੁਣਾਏ, ਸਿੱਖ ਸੰਗ ਤੇ ਸੁਣੋ ਕਿ ਮਹਾਰਾਜ ਨੇ ਫਿਰ ਸਿੱਖਾਂ ਨੂੰ ਇਹ ਦੱਸਿਆ ਗੁਰੂ ਅਮਰਦਾਸ ਜੀ ਨੇ। ਰਾਮਦਾਸ ਹੈ ਪੁਰਖ ਮਹਾਨ, ਕਹਿੰਦੇ ਕਿ ਰਾਮਦਾਸ ਬਹੁਤ ਮਹਾਨ ਪੁਰਖ ਹਨ, ਉਹਨਾਂ ਵਿੱਚ ਇੰਨੀ ਨਿਮਰਤਾ ਹੈ, ਉਹ ਮਹਾਨ ਪੁਰਖ ਹਨ, ਉਹ ਜਿਹੜੇ ਹਨ ਸੋਢੀ ਸੁਲਤਾਨ ਹਨ ਰਾਮਦਾਸ ਜਿਹੜੇ ਹਨ, ਐਸੇ ਉਹਨਾਂ ਦਾ ਜਾਂ ਚਰਿੱਤਰ ਉਹਨਾਂ ਦਾ ਕੈਰੇਕਟਰ ਬਹੁਤ ਉੱਚਾ ਹੈ। ਇਸ ਕੇ ਸੰਗ ਤਰੇ ਨਰ ਜਾਣੇ, ਦੇਖੋ ਕਹਿੰਦੇ ਗੁਰੂ ਰਾਮਦਾਸ ਜੀ ਨਾਲ ਲਾ ਕੇ ਹਜ਼ਾਰਾਂ ਲੱਖਾਂ ਕਰੋੜਾਂ ਲੋਕ ਤਰਨਗੇ ਸੰਸਾਰ ਤੋਂ। ਬ੍ਰਿੰਦਨ ਕੋ ਕਰਤਾ ਕਲਿਆਣ, ਦੇਖੋ ਬ੍ਰਿੰਦਨ ਕੋ ਬਹੁਤ ਸਾਰਿਆਂ ਦੀ ਕਲਿਆਣ ਲਿਬਰੇਸ਼ਨ ਗੁਰੂ ਰਾਮਦਾਸ ਜੀ ਕਰਨਗੇ। ਬਸੀ ਕਰਿਓ ਮੁਝ ਸੇਵਾ, ਦੇਖੋ ਗੁਰੂ ਰਾਮਦਾਸ ਨੇ ਆਪਣੇ ਵਸ ਵਿੱਚ ਕਰ ਲਿਆ, ਮੈਨੂੰ ਮੇਰੇ ਵਸ ਜਿਹੜਾ ਹਨ ਮੈਨੂੰ ਆਪਣੇ ਵਸ ਵਿੱਚ ਕਰ ਲਿਆ। ਗੁਰੂ ਰਾਮਦਾਸ ਜੋ ਵੀ ਹੁਣ ਕਹਿਣਗੇ ਮੈਂ ਕਰਾਂਗਾ, ਗੁਰੂ ਅਮਰਦਾਸ ਜੀ ਕਹਿੰਦੇ। ਇਸ ਤੇ ਨਾ ਆਦੇ ਕੁਛ ਮੋਰੇ, ਦੇਖੋ ਮਹਾਰਾਜ ਇਹ ਵੀ ਕਹਿ ਦਿੱਤਾ ਗੁਰੂ ਰਾਮਦਾਸ ਨੂੰ ਦੇਣ ਵਾਸਤੇ ਕੋਈ ਐਸੀ ਚੀਜ਼ ਨਹੀਂ ਹੈਗੀ ਜਿਹੜੀ ਮੈਂ ਨਾ ਦੇਵਾਂ, ਜੋ ਵੀ ਮੰਗਣਗੇ ਮੈਂ ਦੇਵਾਂਗਾ, ਗੁਰੂ ਅਮਰਦਾਸ ਜੀ ਕਹਿੰਦੇ। ਸਭਿਨ ਤੇ ਪਦ ਪ੍ਰਾਪਤ ਗੋਰੇ, ਸਭ ਤੋਂ ਵੱਡਾ ਜਿਹੜਾ ਹੈ ਮਤਰਬਾ ਜਿਹੜਾ ਹੈ ਪੋਜੀਸ਼ਨ ਜਿਹੜਾ ਹੈ ਗੁਰੂ ਰਾਮਦਾਸ ਨੇ ਕਮਾ ਲਿਆ। ਸੋ ਮਹਾਰਾਜ ਨੇ ਇਹ ਬਚਨ ਕੀਤੇ ਤੇ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੁਰਤਾਗਦੀ ਦੇਣ ਦਾ ਫੈਸਲਾ ਸਤਿਗੁਰਾਂ ਨੇ ਕਰ ਲਿਆ ਵੀ ਇਹ ਗੁਰਗੱਦੀ ਤੇ ਬੈਠ ਸਕਦੇ ਹਨ, ਇਹ ਲਾਇਕ ਹਨ, ਕਿਉਂ ਇਹਨਾਂ ਵਿੱਚ ਗੁਣ ਹਨ। ਦੇਖੋ ਨਾ ਭਾਈ ਲਹਿਣੇ ਨੂੰ ਕਿਵੇਂ ਗੁਰਤਾਗਦੀ ਮਿਲੀ, ਗੁਰੂ ਅਮਰਦਾਸ ਨੂੰ ਕਿਵੇਂ ਮਿਲੀ, ਹੁਣ ਗੁਰੂ ਰਾਮਦਾਸ ਨੂੰ ਕਿਵੇਂ ਮਿਲੀ। ਦੇਖੋ ਸਾਰਿਆਂ ਦੇ ਵਿੱਚ ਇਹ ਗੁਣ ਸੀ ਨੀਵਾਂਪਣ, ਆਪਣੇ ਆਪ ਨੂੰ ਕੁਝ ਨਹੀਂ ਜਣਾਉਣਾ, ਜਿਹੜਾ ਨਹੀਂ ਜਣਾਵੇਗਾ ਉਹ ਕੁਝ ਬਣੇਗਾ, ਜਿਹੜਾ ਜਣਾਊਗਾ ਉਹ ਕੁਝ ਨਹੀਂ ਬਣੇਗਾ, ਉਹਦੇ 'ਚ ਕੋਈ ਹੰਕਾਰ ਹੀ ਪੱਲੇ ਰਹਿ ਜਾਣਾ ਹੈ। ਸੋ ਇਸ ਪ੍ਰਕਾਰ ਕਰਕੇ ਇੱਥੇ ਇਹ ਅਧਿਆਇ ਦੀ ਸਮਾਪਤੀ ਹੈ। ਬ੍ਰਿਜਨ ਕੋ ਕਰਤਾ ਕਲਿਆਣ, ਬਸੀ ਕਰਿਓ ਮੁਝ ਸੇਵਾ ਠਾਣ, ਇਸ ਤੇ ਨਹਿ ਅਧੇ ਕੁਛ ਮੋਰੋ, ਸਭਨ ਤੇ ਪਦ ਪ੍ਰਾਪਤ ਗੋਰੇ। ਇਸ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਪ੍ਰਥਮ ਰਾਸੇ ਪ੍ਰੇਮ ਪਰਖਨ ਪ੍ਰਸੰਗ ਵਰਣ ਨਾਮ 37 ਅੰਸ਼ੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।